ਬੰਦਾ ਮਰ ਕੇ ਭੂਤ ਮੰਨ ਲੈਂਦਾ, ਜਨਾਨੀ ਮਰ ਕੇ ਵੀ ਚੜੇਲ ਦੀ ਚੜੇਲ ਰਹਿੰਦੀ ਹੈ। ਇੱਧਰ ਸੁਣ ਲਓ, ਹੈਲੋ, ਮੇਰਾ ਸਵਾਲ ਸੁਣ ਲਓ, ਠੀਕ ਆ, ਕਿਉਂਕਿ ਤੁਹਾਡੇ ਕੋਲ ਜਵਾਬ ਲੈਣਾ ਹੁਣ ਮੈਂ ਇਸ ਗੱਲ ਦਾ। ਓਕੇ, ਹਾਂ, ਅਤੇ ਸਵਾਲ ਹੀ ਤੁਹਾਨੂੰ ਪੁੱਛਣਾ ਮੈਂ ਪਹਿਲੇ, ਰੂਪੀ ਨੂੰ ਸਵਾਲ ਹੋਏਗਾ, ਜਿੱਦਾਂ ਪਿੰਡ ਦੇ ਵਿੱਚ ਲਾਈਟ ਜਾਣ ਤੋਂ ਬਾਅਦ ਭੂਤਾਂ ਵਾਲੀ ਕਹਾਣੀਆਂ ਸੁਣਾਉਣੀਆਂ, ਸੁਣਿਆ ਦੇਖਿਆ ਜੀ? ਨਾ ਕੋਈ ਸ਼ਰਾਰਤ? ਹਾਂ, ਨਾ ਤੋਂ ਇਲਾਵਾ ਕੁਛ ਨਹੀਂ ਨਾ ਬੋਲਣਾ। ਨਹੀਂ ਨਹੀਂ, ਮੈਂ ਦੱਸਦੀ ਹਾਂ ਤੁਹਾਨੂੰ। ਸ਼ੁਕਰ ਸ਼ੁਕਰ ਵਾਹਿਗੁਰੂ। ਆਪਦੇ ਕੋਲ ਮੈਨੂੰ ਲੱਗਦਾ ਗੱਲ ਬਣਾਉਣੀ ਪੈਣੀ, ਮੈਨੂੰ ਹੁਣ ਉਹੀ ਸਹੀ, ਉਹੀ ਬਣਾ ਲਓ, ਪਰ ਕੁਛ ਤਾਂ ਬੋਲੋ। ਛੋਟੇ ਹੁੰਦੇ ਹਾਂਜੀ ਮੈਂ ਡਰਾਵੜੀ ਮੂਵੀ ਇੱਕ ਦੇਖੀ ਸੀ, ਉਹ ਤੋਂ ਬਾਅਦ ਮੈਂ ਮੁੜ ਕੇ ਦੇਖੀ ਨਹੀਂ, ਮੈਨੂੰ ਡਰ ਬਹੁਤ ਛੇਤੀ ਲੱਗਦਾ ਆ। ਛੋਟੀ ਹੁੰਦੀ ਨੂੰ ਮੈਨੂੰ ਬਹੁਤ ਡਰ ਲੱਗਦਾ ਹੁੰਦਾ ਸੀਗਾ ਕੌਮਾਂ, ਅਤੇ ਹੁਣ 15 ਮਾਰਚ ਨੂੰ ਸਾਡੀ ਫਿਲਮ ਆ ਰਹੀ ਹੈ ਡੰਡੀ। ਤੁਹਾਡੀ ਧੰਨਵਾਦ ਕਰ ਸਰਗੁਣ, ਮੈਨੂੰ ਲੱਗਦਾ ਆਰਟਿਸਟ ਲਈ ਹਮੇਸ਼ਾ ਚੈਲੇਂਜ ਰਹਿੰਦਾ ਹੀ ਆ, ਕਿਉਂਕਿ ਕਾਹਦਾ ਚੈਲੇਂਜ ਦੱਸੋ, ਇਹ ਇਹਨਾਂ ਦੇ ਰੀਅਲ ਲਾਈਫ ਦੇ ਬਹੁਤ ਨੇੜੇ ਕਰੈਕਟਰ ਆਏ। ਐਕਚੁਅਲੀ ਨਾ ਬਹੁਤ ਸ਼ਰਾਰਤੀ ਕਰੈਕਟਰ, ਹਾਂਜੀ, ਮਤਲਬ ਉਹ ਅੱਧੀ ਫਿਲਮ 'ਚ ਤਾਂ ਬਹੁਤ, ਓਹ ਮਾਈ ਗੋਡ, ਤੱਕਣੇ ਦਾ ਤੈਨੂੰ ਮੈਨੂੰ ਚਾਹ ਚੜਿਆ ਤੇ ਨਾਲੇ ਸਾਹ ਚੜਿਆ, ਡਰ ਗਈ ਮੈਂ ਰਾਤੀ 3:45 ਤੂੰ ਮੇਰੇ ਕਮਰੇ 'ਚ ਆ ਵੜਿਆ। ਪਿੰਡਾਂ ਦੀ ਜੇਕਰ ਖਾਸ ਗੱਲ ਕਰੀਏ ਨਾ, ਅਸੀਂ ਹੁਣ ਬਹੁਤ ਜ਼ਿਆਦਾ ਬਦਲਾਅ ਆ ਗਿਆ, ਲੇਕਿਨ ਉਹੀ ਗੱਲ ਹੈ ਕਿ ਅਸੀਂ ਘਰ 'ਚ ਜਨਾਨੀਆਂ ਨੂੰ ਜਾਂ ਕੁੜੀਆਂ ਆਪਸ ਦੇ ਵਿੱਚ ਜਾਂ ਇਹ ਇੱਦਾਂ ਦੇ ਵਰਡਸ ਬੋਲ ਦਿੰਦੇ ਹਾਂ, ਡੈਣੇ ਚੁੜੇਲੇ, ਆਮ ਕੁੜੀਆਂ ਨੂੰ ਕਹਿ ਦਿੰਦੇ ਹੋਏ ਨਾ ਕਿ ਤੁਸੀਂ ਚੁੜੇਲ ਹੋ, ਆਪਦੀ ਵਾਈਫ ਨੂੰ ਕਹਿ ਦਿੰਦੇ ਹਾਂ, ਕੁਛ ਵੀ ਕਹਿ ਦਿੰਦੇ ਹਾਂ, ਉਹਨੂੰ ਆਪਾਂ ਕੁਐਸਚਨ ਕਰਦੇ ਹਾਂ ਫਿਲਮ 'ਚ। ਮੈਨੂੰ ਪਤਾ ਆਪਾਂ ਐਂ ਲੱਗਦਾ ਕਿ ਆਪਾਂ ਮਜ਼ਾਕ ਉਡਾ ਰਹੇ, ਪਰ ਜਦੋਂ ਤੱਕ ਤੁਸੀਂ ਕਿਸੇ ਚੀਜ਼ ਨੂੰ ਕੁਐਸਚਨ ਨਹੀਂ ਕਰਨਾ, ਮਤਲਬ ਪਹਿਲਾਂ ਉਹਦਾ ਮਜ਼ਾਕ ਉਡਾਉਂਦੇ ਤਾਂ ਹੀ ਤੁਸੀਂ ਉਹਨੂੰ ਕੁਐਸਚਨ ਕਰਦੇ ਹੋ ਕਿ ਆਹ ਤੁਸੀਂ ਨਹੀਂ ਕਰਨਾ ਚਾਹੀਦਾ ਸੀ ਤੁਹਾਨੂੰ, ਹੈ ਨਾ, ਤੁਸੀਂ ਕਿਵੇਂ ਟ੍ਰੀਟ ਕਰਨਾ ਚਾਹੀਦਾ ਆਪਦੀ ਘਰ ਦੀ ਨੂੰ। ਯੂਜੂਅਲੀ ਜਦੋਂ ਇਹਨਾਂ ਨੇ ਵੀ ਕਿਹਾ ਨਾ ਕਿ ਬੰਦੇ ਮਰਨ ਤੋਂ ਬਾਅਦ ਭੂਤ ਬਣਦੇ ਨੇ, ਅਤੇ ਜਨਾਨੀਆਂ ਬਾਅਦ ਵੀ ਚੜੇਲਾਂ ਹੀ ਰਹਿੰਦੀਆਂ ਨੇ। ਮੈਂ ਆਪਣੀ ਵਾਈਫ ਦੀ ਬਹੁਤ ਰਿਸਪੈਕਟ ਕਰਦਾ ਹਾਂ, ਹੈ ਨਾ, ਅਤੇ ਜੈਨੂਅਲੀ ਮੈਂ ਔਰ ਮੈਂ ਚਾਹੁੰਦਾ ਵੀ ਹਾਂ ਕਿ ਜੇ ਕੋਈ ਬੰਦਾ ਮੈਨੂੰ ਰਿਸਪੈਕਟ ਕਰਦਾ ਵਾ ਤਾਂ ਉਹ ਮੇਰੀ ਵਾਈਫ ਨੂੰ ਬਰਾਬਰ ਰਿਸਪੈਕਟ ਦੇਵੇ, ਹੈ ਨਾ। ਹੁਣ ਅਸੀਂ ਰਾਤ ਨੂੰ 12-1 ਵਜੇ ਤੱਕ ਐਂ ਲੱਗੇ ਰਹਿਣਾ ਤੁਹਾਡੇ, 4 ਘੰਟੇ ਸੁਣਨੇ ਕਿਉਂਕਿ ਕੰਮ ਹੀ ਇੰਨਾ ਹੁੰਦਾ ਵਾ ਤਾਂ ਜਾਂ, ਇਹ ਨਹੀਂ ਹੈ ਕਿ ਮੈਂ 4 ਘੰਟੇ ਸੌਣਾ ਪਸੰਦ ਕਰਦਾ, ਹਰ ਕੰਮ ਈਜ਼ੀ ਨਹੀਂ ਹੈ। ਅੱਜ ਜਦੋਂ ਆਪਾਂ ਕਈ ਵਾਰੀ ਦੇਖਣ ਲੱਗਦੇ ਹਾਂ ਜਿਹੜੇ ਬੰਦੇ 2-4 ਸੈੱਟ ਹੁੰਦੇ ਨੇ, ਆਪਾਂ ਉਹਨਾਂ ਨੂੰ ਦੇਖੀ ਜਾਂਦੇ ਹਾਂ ਕਿ ਯਾਰ ਇਹ ਬੜੇ ਵਧੀਆ ਨੇ, ਬਾਕੀ ਹਜ਼ਾਰਾਂ ਆਰਟਿਸਟ ਹੋਰ ਤੁਰੇ ਫਿਰਦੇ ਨੇ ਜਿਨ੍ਹਾਂ ਦੀ ਇੰਨੀ ਜ਼ਿਆਦਾ ਸਟਰਗਲ ਆ, ਔਰ ਸੈੱਟ ਹੋਣ ਤੋਂ ਬਾਅਦ ਵੀ ਲੋਕਾਂ ਦੇ ਸਾਹਮਣੇ ਜ਼ਿਆਦਾ ਆਉਂਦੇ ਆ ਐਕਟਰ ਕਰਕੇ, ਸਿੰਗਰ ਕਰਕੇ, ਤਾਂ ਲੋਕਾਂ ਨੂੰ ਆਹ ਚੀਜ਼ਾਂ ਦਿਖ ਜਾਂਦੀਆਂ ਨੇ, ਅਦਰਵਾਈਜ਼ ਜਿਹੜੇ ਹੋਰ ਲੋਕ ਉਹਨਾਂ ਨੇ ਕਈ ਵਾਰੀ ਉਵੇਂ ਦਿਖਦੀਆਂ ਨੀਗੀਆਂ। ਮੈਨੂੰ ਉਹੀ ਲੱਗਦਾ ਕਿ ਕਲਾਕਾਰ ਨੂੰ ਹਮੇਸ਼ਾ ਭੁੱਖੀ ਹੁੰਦੀ ਹੈ, ਰੂਪੀ ਹਮੇਸ਼ਾ ਭੁੱਖੀ ਰਹਿੰਦੀ ਹੈ, ਇਹਨੂੰ ਕਦੇ ਚੋਕਲੇਟਾਂ ਕਦੇ ਕੁਛ ਕਦੇ ਕੁਛ, ਮਤਲਬ ਕਲਾਕਾਰ ਸੱਚੀ ਭੁੱਖਾ ਹੁੰਦਾ। ਗਾਣਾ ਸਿੱਖਿਆ ਨਾ ਤੁਹਾਨੂੰ, ਤਾਂ ਵੈਸੇ ਸਾਰੀ ਇੰਡਸਟਰੀ ਨੂੰ ਸਿਖਾਇਆ, ਤੁਹਾਡੇ ਇੱਕ ਸੈੱਟ ਦੀ ਕਲਿੱਪ ਵੀ ਬਹੁਤ ਵਾਇਰਲ ਹੋਈ ਸੀ ਮਾਈਕ ਵਾਲੀ, ਫਿਰ ਸਿੱਖਿਆ ਤੁਸੀਂ? ਸਿਖਾਇਆ ਨਹੀਂ, ਇਹਨਾਂ ਨੇ ਮੈਨੂੰ ਮਤਲਬ ਬੈਕਗਰਾਊਂਡ ਦੇ ਵਿੱਚ ਰੱਖਿਆ ਹੋਇਆ ਆ, ਸੋ ਅਸੀਂ ਇਹਨਾਂ ਦੇ ਪਿੱਛੇ ਜਾਂਦੇ ਹਾਂ, ਅਸੀਂ ਸ਼ੋ ਵੀ ਲਾਉਣੇ ਸ਼ੁਰੂ ਕਰਨੇ ਆ ਕੋਰਸ ਦੇ ਵਿੱਚ। ਸੋਰੀ, ਨਿਰਮਲ ਰਿਸ਼ੀ ਮੈਮ ਮੋਮ ਬਣੇ ਨੇ ਤੁਹਾਡੇ, ਹੈ ਨਾ, ਉਹਨਾਂ ਦੀ ਇੱਕ ਅਲੱਗ ਜੀ ਇਮੇਜ ਹੈ, ਐਂਡ ਇਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਨੇ ਤਾਂ ਉਹਨਾਂ ਨੂੰ ਆਪਣੀ ਪਾਵਰ ਦੇ ਨਾਲ ਹਵਾ ਚਾਹੀ ਹੋਈ, ਹੈ ਨਾ। ਮੈਂ ਉਹਨਾਂ ਦੀ ਵੈਸੇ ਵੀ ਬਹੁਤ ਜ਼ਿਆਦਾ, ਮੈਨੂੰ ਬਹੁਤ ਪਸੰਦ ਨੇ ਉਹ, ਹੈ ਨਾ, ਮੈਨੂੰ ਵਧੀਆ ਲੱਗਦਾ ਉਹਨਾਂ ਨਾਲ ਕੰਮ ਕਰਨਾ, ਹੈ ਨਾ। ਬਹੁਤ ਅਜੀਬ ਗੱਲਾਂ ਹੁੰਦੀਆਂ ਸੀ, ਮੈਨੂੰ ਯਾਦ ਆ ਮੈਂ ਜਦੋਂ ਸੈੱਟ 'ਤੇ ਆਉਂਦਾ ਸੀਗਾ, ਕਈ ਵਾਰੀ ਉਹ ਜਿਵੇਂ ਸ਼ਿਕਾਇਤ ਲਾਉਂਦੇ ਹੁੰਦੇ ਨੇ ਮੇਰੇ ਕੋਲ, ਐਂ ਹੁੰਦੀ ਇਹਨਾਂ ਨੇ ਮੈਨੂੰ ਬਨੇਰੇ 'ਤੇ ਚੜ੍ਹਾ ਤਾ, ਹਾਂ
ਅਤੇ ਸਵੇਰ ਦੇ ਬਨੇਰੇ 'ਤੇ ਕਦੇ ਐਂ ਨੂੰ ਲੈ ਜਾਂਦੇ ਨੇ, ਕਦੇ ਐਂ ਨੂੰ ਲੈ ਜਾਂਦੇ ਨੇ, ਇਹ ਪੁੱਛਤਾ ਹੁਣ ਸੀਨ ਕਿੱਡਾ ਕੁ ਲੰਮਾ ਵਾ, ਹੈ ਨਾ? ਤੁਹਾਨੂੰ ਮੈਂ ਜੈਨੂਅਲੀ ਦੱਸਾਂ, ਉਹਨਾਂ ਨੂੰ ਸਲਿਊਟ ਹੈ ਸੱਚੀ ਹੋਈ। ਇੱਕ ਵੀ ਚੀਜ਼ ਨੂੰ ਐਂ ਨਹੀਂ ਕਹਿਣਾ ਉਹਨਾਂ ਨੇ ਵੀ ਨਹੀਂ, ਐਡਾ ਉੱਚਾ ਉਹ ਤਿੰਨ ਮੰਜ਼ਿਲਾ ਘਰ ਹੈ, ਉਹਦੇ ਐਂ ਬਾਹਰ ਜੰਗਲੇ ਦੇ ਉੱਤੇ ਐਂ ਤੁਰ ਰਹੇ ਨੇ, ਇੱਧਰਲੇ ਪਾਸੇ ਬੰਦਾ ਦੇਖਦਾ ਉਹ ਪੂਰੇ ਇੱਦਾਂ ਦਾ ਕਰਕੇ। ਉਹ ਮੈਂ ਕਿਹਾ ਯਾਰ, ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਠੀਕ ਹੋ? ਕਹਿੰਦੇ ਹਾਰਨਸ ਪਾਈ ਹੋਈ, ਰੱਸੀਆਂ ਰੁੱਸੀਆਂ ਪਾਈ ਹੋਈਆਂ, ਮੈਮ ਚੱਲ ਰਹੇ ਨੇ, ਹੈ ਨਾ? ਇਸ ਫਿਲਮ ਦੇ ਵਿੱਚ ਵਿਆਹ ਤੁਸੀਂ ਹਸਬੈਂਡ ਵਾਈਫ ਵਿਖਾਏ ਗਏ ਹੋ, ਰਿਲੇਸ਼ਨਸ਼ਿਪ ਵੈਲਿਊ ਕੀ ਹੈ ਤੁਹਾਡੇ ਲਈ? ਰਿਲੇਸ਼ਨਸ਼ਿਪ ਵੈਲਿਊ ਤਾਂ ਮੇਰੇ ਖਿਆਲ ਸਾਰਿਆਂ ਲਈ ਹੀ ਬਹੁਤ ਇੰਪੋਰਟੈਂਟ ਆ, ਉਸ ਤੋਂ ਬਿਨਾਂ ਕੀ ਆ? ਜੇ ਤੁਹਾਡੇ ਰਿਲੇਸ਼ਨਸ਼ਿਪ ਵੈਲਿਊ ਜਾਂ ਤੁਸੀਂ ਸਮਝਦੇ ਨਹੀਂ ਕਿ ਉਸ ਵੈਲਿਊ ਨੂੰ, ਤਾਂ ਤੁਹਾਡੀ ਲਾਈਫ ਮੈਨੂੰ ਲੱਗਦਾ ਡਿਸਟਰਬ ਹੀ ਹੈ। ਐਂਡਰੂ ਵੀ ਕੋਈ ਜੋ ਸਰ ਤੇ ਸਾਨੂੰ ਨਹੀਂ, ਫਿਰ ਕਾਪੀ ਪੇਸਟ, ਮੈਂ ਤਾਂ ਵਿਆਹ ਹੀ ਨਹੀਂ ਹੋਇਆ। ਹਾਏ, ਮੈਂ ਤਾਂ ਪੁੱਛਿਆ ਹੀ ਨਹੀਂ, ਮੈਂ ਹਸਬੈਂਡ ਵਾਈਫ ਦੀ ਗੱਲ ਨਹੀਂ ਕਰ ਰਹੀ, ਆਮ ਜਸਟ ਟਾਕਿੰਗ ਅਬਾਊਟ ਨੋਰਮਲ ਰਿਲੇਸ਼ਨਸ਼ਿਪ, ਰਿਲੇਸ਼ਨਸ਼ਿਪ ਨਹੀਂ ਰਿਸ਼ਤੇ, ਬਹੁਤ ਇੰਪੋਰਟੈਂਟ ਹੈ ਜੀ। ਆਰਟਿਸਟ ਲਾਈਫ ਕਿੰਨੀ ਕੌਕੀ ਹੈ ਗਿੱਪੀ ਜੀ, ਔਰ ਆਰਟਿਸਟ ਲਾਈਫ ਕੀ ਹੈ? ਮੈਂ ਇਸ ਫੀਲਡ 'ਚ ਤਾਂ ਕੰਮ ਕਰਦਾ ਕਿਉਂਕਿ ਮੈਨੂੰ ਪਿਆਰ ਹੈ ਇਸ ਫੀਲਡ ਦਾ, ਹੈ ਨਾ? ਮੈਂ ਫਿਲਮਾਂ ਦੇਖ ਕੇ ਖੁਸ਼ ਹਾਂ, ਫਿਲਮਾਂ ਦੇ ਕੰਮ ਕਰਕੇ ਖੁਸ਼ ਹਾਂ, ਗਾਣੇ ਗਾ ਕੇ ਖੁਸ਼ ਹਾਂ, ਇਹ ਚੀਜ਼ਾਂ ਮੈਨੂੰ ਵਧੀਆ ਲੱਗਦੀਆਂ ਨੇ। ਸੋ ਉਹ ਜੇ ਤੁਹਾਨੂੰ ਉਸੇ ਕੰਮ 'ਚ ਰੋਟੀ ਮਿਲਣ ਲੱਗ ਜਾਏ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਮੈਨੂੰ ਫਾਦਰ ਸਾਹਿਬ ਨੇ ਬਹੁਤ ਕਿਹਾ ਸੀਗਾ ਕਿ ਇੱਦਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਇਹ ਆ ਉਹ ਆ, ਕਿ ਬਸ ਇਨਸਾਨ ਹੀ ਹੈ ਇੱਕ ਖਤਰਨਾਕ ਚੀਜ਼, ਖਤਰਨਾਕ ਪ੍ਰਾਣੀ ਨਹੀਂ ਲੱਗਦਾ, ਮਤਲਬ ਇੰਨਾ ਡਰ ਨਹੀਂ, ਨਹੀਂ ਭੂਤਾਂ ਭਾਤਾਂ ਵਾਲੀ ਚੀਜ਼ ਤਾਂ ਨਹੀਂ, ਉੱਦਾਂ ਜੇ ਕੋਈ ਐਂ ਆ ਕੇ ਕਰ ਦੇ ਤਾਂ ਇੱਕਦਮ ਬੰਦਾ ਸੱਟ ਖੜਾ ਤਾਂ ਡਰ ਸਕਦਾ। ਮੈਂ ਤਾਂ ਬਹੁਤ ਡਰ ਲੱਗਦਾ, ਇਹਨਾਂ ਨੇ ਸਾਨੂੰ ਕਹਿਤਾ ਸੀ ਕਿ ਸਾਡੇ ਹੋਟਲ 'ਚ ਕੋਈ ਭੂਤ ਆ, ਬਟ ਇਹਨਾਂ ਦੇ ਕੋਈ ਦੋਸਤ ਆ ਕੇ ਡਰ ਕੇ ਜਿਹਨਾਂ ਦੀ ਛਾਤੀ 'ਤੇ ਜਾ ਕੇ ਕੋਈ ਬਹਿ ਗਿਆ, ਤਾਂ ਉਹ ਹੋਟਲ ਦੇ ਕਮਰੇ ਤੋਂ ਬਾਹਰ ਬੈਠੇ ਰਹੇ ਪੂਰੀ ਰਾਤ, ਇਹਨਾਂ ਨੇ ਅਗਲੇ ਦਿਨ ਸਾਨੂੰ ਦੱਸਿਆ, ਅਸੀਂ ਬਾਕੀ ਦੀ ਪੂਰੀ ਫਿਲਮ ਇਕੱਠੇ ਸੁੱਤੇ ਹਾਂ, ਮੈਂ ਵੀ ਆ ਵੀ ਸਾਂਝ ਵੀ ਜਿੰਨੀ ਉਹ ਐਕਚੁਲੀ ਗੱਲ ਇਹ ਡਰੀ ਡਰੀ ਕੱਖ ਨਹੀਂ ਹੈਗੀ, ਉੱਥੇ ਭੂਤ ਦਾ ਰੌਲਾ ਪੈ ਗਿਆ ਵੀ ਭੂਤ ਹੈ ਭੂਤ ਹੈ ਭੂਤ ਹੈ, ਇਹਨੇ ਜਿਹੜੀ ਬਣਾਈ ਸਕੀਮ ਹੈ ਕਹਿੰਦੀ ਲੱਗੀ ਇਵੇਂ ਬਣ ਗਈ, ਇਹਨੇ 7-8 ਬੰਦਿਆਂ ਨੂੰ ਕਮਰਿਆਂ 'ਚੋਂ ਚੈੱਕਆਊਟ ਕਰਾਇਆ, ਇੱਕ ਕਮਰੇ 'ਚ ਪਾਉਣ ਲੱਗ ਗਈ, 8-9 ਕਮਰੇ ਬਚਣ ਲੱਗ ਗਏ, ਇਹਦੇ ਇੱਕ ਕਮਰੇ 'ਚ ਪੈ ਜਾਂਦੀ, ਅਸੀਂ ਇਹ ਭੁੰਜੇ ਭੁੰਜੇ ਇਕੱਠੀਆਂ ਹੋ ਕੇ ਸਾਰੀਆਂ, 2 ਗੱਦੇ ਇੱਥੇ ਲਾ ਲਏ, 2 ਇੱਥੇ ਲੈ ਗਏ, 2 ਉੱਥੇ ਪੈ ਗਈਆਂ, 3 ਉੱਥੇ ਪੈ ਗਈਆਂ, ਇਹਨੂੰ ਉਹ ਭੂਤ ਘੱਟੋ ਘੱਟ 8-10 ਲੱਖ ਰੁਪਏ ਦਾ ਫਰਾਬਰ ਕਰਾਇਆ ਗਿਆ। ਹਾਂ, ਇਹਨਾਂ ਨੇ ਤਾਂ ਬਾਅਦ ਜੋ ਕੀਤੀਆਂ ਪਾਰਟੀਆਂ, ਕਹਿੰਦੇ ਇਹੋ ਜਿਹੇ ਭੂਤ ਸਾਨੂੰ ਵਾਰ ਵਾਰ ਟੱਕਣ। ਸਤਿ ਸ਼੍ਰੀ ਅਕਾਲ ਹੈ ਜੀ ਸਾਰਿਆਂ ਨੂੰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪੰਜਾਬੀ ਫਿਲਮਾਂ ਬੈਕ ਟੂ ਬੈਕ ਆ ਰਹੀਆਂ ਨੇ, ਔਰ ਅਸੀਂ ਦੇਖਦੇ ਹਾਂ ਕਿ ਹਰ ਪੰਜਾਬੀ ਫਿਲਮ ਦੇ ਵਿੱਚ ਅੱਜ ਕੱਲ੍ਹ ਇੱਕ ਫਰੈਸ਼ਨੈਸ ਵੇਖਣ ਨੂੰ ਮਿਲ ਰਹੀ ਹੈ। ਸੋ ਮੈਨੂੰ ਲੱਗਦਾ ਜਿਹੜੀ ਫਿਲਮ ਦੀ ਗੱਲਬਾਤ ਅੱਜ ਅਸੀਂ ਕਰਾਂਗੇ, ਇਹ ਵਾਲੇ ਕੋਨਸੈਪਟਸ ਪੰਜਾਬੀ ਸਿਨੇਮਾ ਦੇ ਵਿੱਚ ਹੁਣ ਤੱਕ ਇਸ ਹੱਦ ਤੱਕ ਐਕਸਪਲੋਰ ਨਹੀਂ ਕੀਤੇ ਗਏ, ਕਿਉਂਕਿ ਐਕਸਪੈਰੀਮੈਂਟਲ ਨੇ ਐਂਡ ਹਮੇਸ਼ਾ ਕੁਛ ਨਾ ਕੁਛ ਟਰਾਈ ਕਰਦੇ ਨੇ। ਸੋ ਮੈਂ ਅੱਜ ਜਾਣਾਂਗੀ ਕਿ ਕਿਸ ਤਰੀਕੇ ਦੇ ਨਾਲ ਪੰਜਾਬੀ ਸਿਨੇਮੇ ਨੂੰ ਇੱਕ ਵੱਖਰਤਾ ਮਿਲੇਗੀ ਇਸ ਫਿਲਮ ਤੋਂ। ਸੋ ਮੈਂ ਗੱਲ ਕਰ ਰਹੀ ਹਾਂ ਜੱਟ ਨੂੰ ਚੁੜੇਲ ਟੱਕਰੀ। ਸੋ ਮੈਨੀ ਟੈਲੈਂਟ, ਔਰ ਮੈਂ ਕਹਾਂਗੀ ਕਿ ਟੈਲੈਂਟ ਹੀ ਟੈਲੈਂਟ ਇਨ ਵਨ ਫਰੇਮ। ਸੋ ਸਤਿ ਸ਼੍ਰੀ ਅਕਾਲ ਗਿੱਪ ਜੀ, ਸਰਗੁਣ ਹਾਈ, ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਐਂਡ ਮੁਬਾਰਕਾਂ ਤੁਹਾਨੂੰ ਹੈ। ਤੁਸੀਂ ਅਮਨ ਰਵੀ ਜੀ ਨੂੰ ਵੀ ਐਜ਼ ਅ ਪ੍ਰੋਡਿਊਸਰ ਲੈ ਆਏ ਹੋ ਸਿਨੇਮਾ ਦੇ ਵਿੱਚ, ਬਟ ਮੈਂ ਤੁਹਾਡੇ ਕੋਲੋਂ ਪਹਿਲੇ ਸ਼ੁਰੂਆਤ ਕਰਨਾ ਚਾਹਾਂਗੀ। ਜਦੋਂ ਅਸੀਂ ਇੱਕ ਨਾਮ ਬਣਾ ਲੈਂਦੇ ਹਾਂ, ਉਸ ਤੋਂ ਬਾਅਦ ਨਾ ਚੈਲੇਂਜ ਇਹ ਹੋ ਜਾਂਦਾ ਕਿ ਅਸੀਂ ਕਿਹੜਾ ਪ੍ਰੋਜੈਕਟ ਕਰੀਏ ਕਿ ਉਹ ਨਿਊ ਵੀ ਹੋਵੇ ਔਰ ਇੱਕ ਕਰੈਕਟਰ ਦੂਸਰੇ ਕਰੈਕਟਰ ਤੋਂ ਡਿਫਰੈਂਸ ਵੀ ਲੱਗੇ, ਤਾਂ ਉਹ ਇੱਕ ਰਿਸਪੋਂਸੀਬਿਲਟੀ ਮੈਨੂੰ ਲੱਗਦਾ ਇੱਕ ਸੀਨੀਅਰ ਆਰਟਿਸਟ ਦੀ ਬਣ ਹੀ ਜਾਂਦੀ ਹੈ। ਸੋ ਇਸ ਫਿਲਮ ਦੇ ਲਈ ਹਾਂ ਕਰਨ ਦੀ ਵਜ੍ਹਾ ਔਰ ਸਕ੍ਰਿਪਟ ਸੁਣਨ ਤੋਂ ਬਾਅਦ ਜੋ ਪਹਿਲਾ ਥੋਟ ਸੀ ਜਿਸਨੇ ਤੁਹਾਨੂੰ ਮਤਲਬ ਜਿਸਨੇ ਤੁਹਾਨੂੰ ਕਿਹਾ ਕਿ ਹਾਂ ਇਹ ਫਿਲਮ ਕਰਨੀ ਚਾਹੀਦੀ ਹੈ, ਆਈ ਮੀਨ ਵਾਟ ਵਾਸ ਦੈਟ? ਐਕਚੁਲੀ ਜਿੱਦਣ ਮੈਨੂੰ ਫਿਲਮ ਸੁਣਾਈ ਸੀ ਸਰਗੁਣ ਨੇ, ਤਾਂ ਇਹਨਾਂ ਨੇ ਮੈਨੂੰ ਇੱਕ ਵਨ ਲਾਈਨਰ ਆਈਡੀਆ ਦਿੱਤਾ ਸੀਗਾ, ਅਤੇ ਪਹਿਲਾਂ ਤਾਂ ਵੈਸੇ ਹੀ ਮੈਨੂੰ ਲੱਗਿਆ ਕਿ ਯਾਰ ਬਹੁਤ ਗੁੱਡ ਟੀਮ ਆ, ਸਾਰੇ ਜਣੇ ਜਿੰਨੇ ਐਸੋਸੀਏਟਡ ਹੋਏ ਨੇ, ਹੈ ਨਾ, ਅਤੇ ਸਰਗੁਣ ਉਹਨਾਂ ਨਾਲ ਜਾਨੀ ਖਹਿਰਾ
ਅਤੇ ਅੰਬਰ ਦੀ ਫਿਲਮ ਲਿਖੀ ਸੀ, ਵਿਕਾਸ ਹੈ, ਮੈਂ ਵਿਕਾਸ ਨਾਲ ਪਹਿਲਾਂ ਕੰਮ ਕੀਤਾ ਹੈ, ਸੋ ਸਾਰੀ ਟੀਮ ਹੀ ਪਾਵਰਫੁੱਲ ਅਤੇ ਸਟਰੋਂਗ ਟੀਮ ਸੀਗੀ, ਹੈ ਨਾ। ਸੋ ਮੈਨੂੰ ਇੱਦਾਂ ਲੱਗਿਆ, ਮੈਂ ਕਿਹਾ ਯਾਰ ਇਸ ਫਿਲਮ ਦਾ ਵੈਸੇ ਹੀ ਪਾਰਟ ਬਣਨਾ ਇੱਕ ਵਧੀਆ ਗੱਲ ਆ, ਇੱਕ ਗੁੱਡ ਸਿਨੇਮਾ, ਕਿਉਂਕਿ ਇੰਨੇ ਗਾਣੇ ਲੱਗੇ ਹੋਏ ਨੇ ਇੱਕ ਫਿਲਮ ਨੂੰ ਚੰਗਾ ਬਣਾਉਣ ਦੇ ਲਈ, ਹੈ ਨਾ। ਔਰ ਮੈਂ ਵੀ ਜੁੜੂੰਗਾ ਉਸ ਚੀਜ਼ ਦੇ ਨਾਲ, ਔਰ ਮੈਂ ਆਪਣੀ ਇਨਪੁੱਟ ਦਊਂਗਾ, ਮੈਨੂੰ ਵੀ ਲੱਗਦਾ ਕਿ ਇੱਦਾਂ ਬੈਟਰ ਹੋ ਸਕਦੀਆਂ ਚੀਜ਼ਾਂ, ਹੈ ਨਾ। ਸੋ ਸਾਰਿਆਂ ਨੇ ਬਹੁਤ ਜ਼ੋਰ ਲਾਇਆ। ਔਰ ਦੂਜੀ ਗੱਲ ਕਿ ਸਬਜੈਕਟ ਤਾਂ ਬਿਲਕੁਲ ਨਵਾਂ ਹੈਗਾ ਹੀ ਆ, ਕਿਉਂਕਿ ਕਿਤੇ ਨਾ ਕਿਤੇ ਆਪਣੇ ਪੰਜਾਬੀ ਸਿਨੇਮੇ 'ਚ ਕੌਮੇਡੀ ਤਾਂ ਭਾਰੂ ਹੈਗੀ ਹੈਗੀ ਆ, ਅਤੇ ਉਹਦੇ 'ਚ ਸਿਰਫ ਉਦੋਂ ਪੰਗਾ ਪੈ ਜਾਂਦਾ ਜਦੋਂ ਆਪਾਂ ਬਿਲਕੁਲ ਡਿੱਟੋ ਤਰੀਕੇ ਦੀ ਫਿਲਮ ਬਣਾ ਲੈਂਦੇ ਹਾਂ ਜਿਵੇਂ ਹੁਣ। ਬਟ ਜੇ ਤੁਸੀਂ ਕਹੋ ਕਿ ਇਹ ਕੌਮੇਡੀ ਆ, ਕੈਰੀ ਓਨ ਜੱਟਾ ਕੌਮੇਡੀ ਆ, ਬਟ ਇਹ ਬਿਲਕੁਲ ਡਿਫਰੈਂਟ ਡਿਫਰੈਂਟ ਆ ਟੋਟਲ, ਹੈ ਨਾ, ਇਹਦਾ ਸਾਰਾ ਫੋਰਮੈਟ ਹੀ ਹੋਰ ਆ। ਸੋ ਮੈਨੂੰ ਸਬਜੈਕਟ ਵੀ ਅੱਛਾ ਲੱਗਿਆ, ਟੀਮ ਵੀ ਅੱਛੀ ਲੱਗੀ, ਸਭ ਕੁਝ ਵਧੀਆ ਲੱਗਿਆ। ਔਰ ਅੱਜ ਫਿਲਮ ਕਰਨ ਤੋਂ ਬਾਅਦ ਵੀ ਮੈਨੂੰ ਐਂ ਲੱਗ ਰਿਹਾ ਕਿ ਮੇਰਾ ਰਾਈਟ ਡਿਸੀਜ਼ਨ ਹੈ ਨਾ, ਫਿਲਮ ਰਿਲੀਜ਼ ਹੋਣ ਵਾਲੀ ਆ, ਹੈ ਨਾ। ਸਾਰੀ ਟੀਮ ਬਹੁਤ ਅੱਛੀ ਰਹੀ ਆ ਅਤੇ ਫਿਲਮ ਬਣੀ ਬਹੁਤ ਵਧੀਆ ਵਾ, ਅਤੇ ਆਈ ਐਮ ਸੋ ਐਕਸਾਈਟਡ ਜੀ। ਥੈਂਕ ਯੂ। ਇਹੀ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਫਿਲਮ ਨੂੰ ਐਜ਼ ਐਨ ਐਕਟਰ ਐਕਟਰੈਸ ਚੂਜ਼ ਕਰਨਾ ਔਰ ਪ੍ਰੋਡਿਊਸਰ ਦੇ ਤੌਰ 'ਤੇ ਵੀ ਕਰਨਾ, ਕਿਉਂਕਿ ਅਸੀਂ ਜਾਣਦੇ ਹਾਂ ਕਿ ਪੰਜਾਬੀ ਸਿਨੇਮਾ ਯੂ ਨੋ ਲਗਾਤਾਰ ਕੰਮ ਜ਼ਰੂਰ ਕਰ ਰਿਹਾ, ਲੇਕਿਨ ਕੁਛ ਵਰਕ ਕਰਦਾ, ਕੁਛ ਵਰਕ ਨਹੀਂ ਕਰਦਾ, ਆਡੀਅੰਸ 'ਤੇ ਡਿਪੈਂਡ ਕਰਦੀਆਂ ਚੀਜ਼ਾਂ। ਸੋ ਇਸ ਫਿਲਮ ਦੇ ਲਈ ਆਈ ਮੀਨ ਵਾਈ ਯੂ ਚੂਜ਼ ਦਿਸ ਫਿਲਮ? ਸੌਂਕਣ ਤੋਂ ਬਾਅਦ ਮੇਰੀ ਅਤੇ ਅੰਬਰ ਦੀ ਬਹੁਤ ਗੱਲ ਚੱਲਦੀ ਸੀ ਕਿ ਕੀ ਕਰਨਾ ਨੈਕਸਟ, ਕੀ ਕਰਨਾ ਨੈਕਸਟ, ਹੈ ਨਾ। ਅਤੇ ਅਸੀਂ ਆਫਕੋਰਸ ਬਹੁਤ ਡਿਫਰੈਂਟ ਫਿਲਮਾਂ ਵੀ ਕਰ ਰਹੇ ਹਾਂ, ਬਟ ਵਿੱਚੋਂ ਸਾਨੂੰ ਚਾਹੀਦਾ ਹੁੰਦਾ ਕਿ ਇੱਕ ਜਿਹੜਾ ਸਾਡੇ ਫਲੇਵਰ ਦਾ ਹੋਵੇ, ਹੈ ਨਾ। ਅੰਬਰ ਨੇ ਇੱਕ ਦਿਨ ਮੈਨੂੰ ਫੋਨ ਕਰਕੇ ਇਹਦੀ ਵਨ ਲਾਈਨ ਸੁਣਾਈ ਅਤੇ ਮੈਨੂੰ ਬਹੁਤ, ਮੈਂ ਮਤਲਬ ਮੈਂ ਟ੍ਰੈਡਮਿਲ 'ਤੇ ਸੀ, ਮੈਂ ਕਿਹਾ ਹਾਂਜੀ ਅੰਬਰ ਬੋਲੋ, ਹੈ ਨਾ। ਉਹਨੇ ਮੈਨੂੰ ਸੁਣਾਈ ਅਤੇ ਮੈਂ ਹੱਸ ਹੱਸ ਕੇ ਮੈਂ ਟ੍ਰੈਡਮਿਲ ਜੀ ਬੰਦ ਕਰਤੀ, ਮੈਂ ਕਿਹਾ ਯਾਰ ਤੋਂ ਬਹੁਤ ਵਧੀਆ ਕੋਨਸੈਪਟ ਆ। ਤਾਂ ਮੈਨੂੰ ਲੱਗਿਆ ਇੱਕ ਤਾਂ ਵਨ ਲਾਈਨ ਵੀ ਡਿਫਰੈਂਟ ਸੀ, ਦੂਜਾ ਸਟੀਰੀਓਟਾਈਪਸ ਜਿਹੜਾ ਆਪਾਂ ਆਮ ਕੁੜੀਆਂ ਨੂੰ ਕਹਿ ਦਿੰਦੇ ਹਾਂ, ਹੈ ਨਾ, ਕਿ ਤੁਸੀਂ ਚੁੜੇਲ ਹੋ, ਆਪਦੀ ਵਾਈਫ ਨੂੰ ਕਹਿ ਦਿੰਦੇ ਹਾਂ, ਕੁਛ ਵੀ ਕਹਿ ਦਿੰਦੇ ਹਾਂ, ਉਹਨੂੰ ਆਪਾਂ ਕੁਐਸਚਨ ਕਰਦੇ ਹਾਂ ਫਿਲਮ 'ਚ। ਮੈਨੂੰ ਪਤਾ ਆਪਾਂ ਐਂ ਲੱਗਦਾ ਕਿ ਆਪਾਂ ਮਜ਼ਾਕ ਉਡਾ ਰਹੇ, ਪਰ ਜਦੋਂ ਤੱਕ ਤੁਸੀਂ ਕਿਸੇ ਚੀਜ਼ ਨੂੰ ਕੁਐਸਚਨ ਨਹੀਂ ਕਰਨਾ, ਮਤਲਬ ਪਹਿਲਾਂ ਉਹਦਾ ਮਜ਼ਾਕ ਉਡਾਉਂਦੇ ਤਾਂ ਹੀ ਤੁਸੀਂ ਉਹਨੂੰ ਕੁਐਸਚਨ ਕਰਦੇ ਹੋ ਕਿ ਆਹ ਤੁਸੀਂ ਨਹੀਂ ਕਰਨਾ ਚਾਹੀਦਾ ਸੀ ਤੁਹਾਨੂੰ, ਹੈ ਨਾ, ਤੁਸੀਂ ਕਿਵੇਂ ਟ੍ਰੀਟ ਕਰਨਾ ਚਾਹੀਦਾ ਆਪਦੀ ਘਰ ਦੀ ਨੂੰ, ਆਹ ਤੁਹਾਨੂੰ ਫਿਲਮ 'ਚ ਪਤਾ ਲੱਗਦਾ। ਤੀਜੀ ਗੱਲ ਜਿਹੜਾ ਅਸੀਂ ਮਤਲਬ VFX ਹੋ ਗਿਆ, ਭਾਵੇਂ ਐਕਸ਼ਨ ਹੋ ਗਿਆ, ਭਾਵੇਂ ਫਿਜ਼ੀਕਲ ਕੌਮੇਡੀ ਹੋ ਗਈ, ਇਹੋ ਜਿਹੀ ਹਜੇ ਤੱਕ ਮੈਂ ਤਾਂ ਨਹੀਂ ਦੇਖੀ ਪੰਜਾਬੀ ਇੰਡਸਟਰੀ 'ਚ, ਤਾਂ ਉਹ ਸਾਨੂੰ ਐਕਸਪਲੋਰ ਕਰਨ ਦਾ ਮੌਕਾ ਮਿਲਿਆ, ਤਾਂ ਅਸੀਂ ਉਹ ਵੀ ਭਰ ਭਰ ਕੇ ਫਿਲਮ 'ਚ ਪਾਈਏ, ਕਿਉਂਕਿ ਸਾਨੂੰ ਲੱਗਿਆ ਕਿ ਆਹ ਸਾਡਾ ਐਕਸ ਫੈਕਟਰ ਆ, ਆਹ ਸਾਨੂੰ ਅਲੱਗ ਕਰਦੀ ਬਾਕੀ ਫਿਲਮਾਂ ਤੋਂ। ਐਂਡ ਆਹ ਸਾਰੀਆਂ ਚੀਜ਼ਾਂ ਨੂੰ ਤੋਲ ਮੋਲ ਕੇ ਮੈਂ ਕਿਹਾ ਓਕੇ ਲੈਟਸ ਗੋ ਅਹੈਡ, ਵਧੀਆ ਲੱਗ ਰਿਹਾ ਕੰਮ। ਤੁਸੀਂ ਕਿਉਂ ਹਾਂ ਕੀਤੀ? ਕਿਉਂਕਿ ਤੁਹਾਡੇ ਕਰੀਅਰ ਦੇ ਲਈ ਆਈ ਮੀਨ ਹਰ ਚੀਜ਼ ਬਹੁਤ ਇੰਪੋਰਟੈਂਟ ਹੈ, ਰਾਈਟ? ਸੋ ਅੱਛਾ ਅੱਛੀਆਂ ਫਿਲਮਾਂ ਮਤਲਬ ਮੈਨੂੰ ਲੱਗਦਾ ਕਿ ਸਾਡੇ ਲਾਈਫ ਦਾ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ। ਸੋ ਵਾਈ ਯੂ ਸੈਡ ਯੈਸ? ਤੁਹਾਡੇ ਸਾਹਮਣੇ ਬੈਠੇ ਸੀ ਨੀ, ਸਰਗੁਣ ਔਰ ਗਿੱਪੀ ਜੀ ਦਾ ਨਾਮ ਸਫੀਸ਼ੀਐਂਟ ਸੀ ਆਈ ਥਿੰਕ ਸਰ, ਮੈਂ ਵੀ ਐਕਚੁਅਲੀ ਟ੍ਰੈਡਮਿਲ ਤੇ ਹੀ ਸੀ ਕੈਨੇਡਾ ਸਰਗੁਣ ਦਾ ਫੋਨ ਆਇਆ, ਸੀ ਜਸਟ ਸੈਡ ਕਿ ਗਿੱਪੀ ਸਰ ਨਾਲ ਤੇ ਮੇਰੇ ਨਾਲ ਫਿਲਮ ਆ, ਅੰਬਰ ਭਾਈ ਜੀ ਨੇ ਲਿਖਿਆ, ਆਈ ਸੈਡ ਯੈਸ। ਓਕੇ ਓਕੇ ਹੋ ਗਏ ਉਹ ਤੋਂ ਬਾਅਦ, ਰਾਈਟ। ਸੋ ਜਿੱਦਾਂ ਤੁਸੀਂ ਪਹਿਲੇ ਵੀ ਗੱਲ ਕੀਤੀ ਕਿ ਚੜੇਲ ਆਪਾਂ ਕਹਿੰਦੇ ਹਾਂ, ਹੈ ਨਾ, ਮੈਂ ਉਹੀ ਗੱਲ ਕਰਨੀ ਚਾਹੁੰਦੀ ਸੀਗੀ ਕਿ ਅਸੀਂ ਯੂਜੁਅਲੀ ਜਿੱਦਾਂ ਇਹਨਾਂ ਨੇ ਵੀ ਕਿਹਾ ਨਾ ਕਿ ਬੰਦੇ ਮਰਨ ਤੋਂ ਬਾਅਦ ਭੂਤ ਬਣਦੇ ਨੇ ਅਤੇ ਜਨਾਨੀਆਂ ਬਾਅਦ ਵੀ ਚੜੇਲਾਂ ਹੀ ਰਹਿੰਦੀਆਂ ਨੇ, ਹੈ ਨਾ। ਸੋ ਸਾਡੀ ਸੋਸਾਇਟੀ ਦੇ ਵਿੱਚ ਇਸ ਚੀਜ਼ ਨੂੰ ਬਹੁਤ ਜ਼ਿਆਦਾ, ਕਿਉਂਕਿ ਅਸੀਂ ਹਰ ਚੀਜ਼ ਦੇ ਲਈ ਸਿਨੇਮਾ ਨੂੰ ਬਲੇਮ ਕਰਨ ਲੱਗ ਜਾਂਦੇ ਹਾਂ, ਜਾਂ ਆਰਟਿਸਟ ਨੂੰ ਬਲੇਮ ਕਰਨ ਲੱਗ ਜਾਂਦੇ ਹਾਂ ਕਿ ਉਹੀ ਡਿਸਰਿਸਪੈਕਟ ਕਰਦੇ ਹੋ ਤੁਸੀਂ ਜਨਾਨੀਆਂ ਨੂੰ, ਕੁਝ ਸਮਝਦੇ ਨਹੀਂ ਹੋਣਾ, ਉਹਦਾ ਮਜ਼ਾਕ ਉਡਾਉਂਦੇ ਹੋ, ਤੁਹਾਨੂੰ ਜਨਾਨੀ ਦੀ ਰਿਸਪੈਕਟ ਨਹੀਂ ਕਰਨੀ ਆਉਂਦੀ। ਸੋ ਇੱਕ ਬਹੁਤ ਵੱਡਾ ਚੈਲੰਜ ਹੈ ਸਾਡੀ ਸੋਸਾਇਟੀ ਦੇ ਲਈ ਇਸ ਚੀਜ਼ ਨੂੰ ਐਕਸੈਪਟ ਕਰਨਾ, ਜੋ ਤੁਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਕੋਈ ਚੀਜ਼ ਮਜ਼ਾਕ ਹੁੰਦੀ ਹੈ ਫਿਰ ਉਸ ਤੋਂ ਬਾਅਦ ਸਵਾਲ ਬਣਦੀ ਆ। ਬਟ ਮੈਂ ਇੱਕ ਫੀਮੇਲ ਦੇ ਪ੍ਰੋਸਪੈਕਟਿਵ ਤੋਂ ਤੁਹਾਡੇ ਥਰੂ ਜਾਣਨਾ ਚਾਹਾਂਗੀ, ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਕਿ ਸੋਸਾਇਟੀ ਦੀ ਇਸ ਤਰੀਕੇ ਦੇ ਜੋ ਸਟੀਰੀਓਟਾਈਪ ਥੋਟਸ ਨੇ, ਤੁਸੀਂ ਉਹਦੇ ਲਈ ਕੀ ਕਹੋਗੇ, ਕਿਉਂਕਿ ਤੁਸੀਂ ਤਾਂ ਖੁਦ ਰੋਲ ਪਲੇ ਕਰ ਰਹੇ ਹੋ।
ਮੈਂ ਉਹਦੇ ਬਾਰੇ ਕੀ ਕਹੂੰਗੀ, ਮਤਲਬ ਮੈਨੂੰ ਲੱਗਿਆ ਕਿ ਆ ਚੀਜ਼ ਦਾ ਮਜ਼ਾਕ ਉੜਦਾ, ਉਹਦੇ ਕੋਲ ਇੱਕ ਸਬਜੈਕਟ ਆ ਜਿਹੜਾ ਇਸ ਚੀਜ਼ ਨੂੰ ਚੈਲੇਂਜ ਕਰਦਾ ਤੇ ਜਿਹੜਾ ਇਸ ਚੀਜ਼ ਨੂੰ ਕੁਐਸਚਨ ਇਹਤੇ ਸਵਾਲ ਵੀ ਉਠਾਉਂਦਾ ਤੇ ਉਹਦਾ ਜਵਾਬ ਵੀ ਦਿੰਦਾ, ਰਾਈਟ? ਤਾਂ ਅਸੀਂ ਉਸ ਤਰੀਕੇ ਦੀਆਂ ਫਿਲਮਾਂ ਕਰ ਸਕਦੇ ਹਾਂ, ਹੈ ਨਾ, ਜਿਹਦੇ ਨਾਲ ਆਪਾਂ ਹਾਸੇ ਮਜ਼ਾਕ 'ਚ ਲੋਕਾਂ ਨੂੰ ਇੱਕ ਬਹੁਤ ਗਹਿਰੀ ਅਤੇ ਇੱਕ ਬਹੁਤ ਸੀਰੀਅਸ ਗੱਲ ਸਮਝਾ ਦਈਏ। ਬਟ ਉਹ ਤੋਂ ਜ਼ਿਆਦਾ ਵੱਧ ਆਪਾਂ ਐਜ਼ ਸਿਨੇਮਾ ਦੇਖੋ, ਸਾਡੀ ਰਿਸਪੋਂਸੀਬਿਲਿਟੀ ਆਹ ਹੋ ਸਕਦੀ ਹੈ ਕਿ ਅਸੀਂ ਤੁਹਾਨੂੰ ਐਂਟਰਟੇਨ ਕਰੀਏ, ਅਸੀਂ ਤੁਹਾਨੂੰ ਆਪਣਾ ਪੱਖ ਦੱਸੀਏ, ਹੈ ਨਾ। ਆਹ ਨਹੀਂ ਹੋ ਸਕਦੀ ਕਿ ਅਸੀਂ ਤੁਹਾਨੂੰ ਬਦਲ ਦਈਏ, ਉਹ ਸਾਡੇ ਹੱਥ 'ਚ ਨਹੀਂ ਆ, ਹੈ ਨਾ। ਸੋ ਜੇ ਤੁਸੀਂ ਮੈਨੂੰ ਕਹੋਗੇ ਕਿ ਆਹ ਫਿਲਮ ਰਾਹੀਂ ਮੈਂ ਲੋਕਾਂ ਦੀ ਮਤਲਬ ਲੋਕਾਂ ਨੂੰ ਬਦਲ ਦੂੰਗੀ, ਆਹ ਨਹੀਂ ਹੋ ਸਕਦਾ। ਬਟ ਜਿਹੜੇ ਸਵਾਲ ਸਾਡੇ ਦਿਮਾਗ 'ਚ ਸੀ ਉਹ ਫਿਲਮ 'ਚ ਉੱਠਦੇ ਆ, ਤਾਂ ਆਈ ਐਮ ਸ਼ੋਰ ਉਹ ਲੋਕਾਂ ਦੇ ਦਿਮਾਗ 'ਚ ਉੱਠਣਗੇ, ਤਾਂ ਆਪਣੇ ਆਪ ਆਸ ਪਾਸ ਦੇ ਲੋਕ ਆ ਕਹਿਣਗੇ ਕਿ ਦੇਖਿਆ ਫਿਲਮ 'ਚ ਵੀ ਕਿਹਾ ਸੀ ਨਹੀਂ ਕਰਨਾ ਚਾਹੀਦਾ। ਰਾਈਟ। ਸੋ ਪਿੰਡਾਂ ਦੀ ਜੇਕਰ ਖਾਸ ਗੱਲ ਕਰੀਏ ਨਾ, ਅਸੀਂ ਹੁਣ ਬਹੁਤ ਜ਼ਿਆਦਾ ਬਦਲਾਅ ਆ ਗਿਆ, ਲੇਕਿਨ ਉਹੀ ਗੱਲ ਹੈ ਕਿ ਅਸੀਂ ਘਰ 'ਚ ਜਨਾਨੀਆਂ ਨੂੰ ਜਾਂ ਕੁੜੀਆਂ ਆਪਸ ਦੇ ਵਿੱਚ ਜਾਂ ਇਹ ਇੱਦਾਂ ਦੇ ਵਰਡਸ ਬੋਲ ਦਿੰਦੇ ਹਾਂ, ਡੈਣੇ ਚੁੜੇਲੇ, ਤੁਸੀਂ ਇਸ ਚੀਜ਼ ਨੂੰ ਆਈ ਮੀਨ ਕਿਸ ਤਰ੍ਹਾਂ ਹੁਣ ਵੇਖਦੇ ਹੋ? ਕਿਉਂਕਿ ਉਹੀ ਗੱਲ ਆ ਜਾਂਦੀ ਹੈ ਕਿ ਐਜ਼ ਅ ਮੇਲ, ਹੈ ਨਾ, ਅਸੀਂ ਤੁਸੀਂ ਕਿਹਾ ਕਿ ਜਨਾਨੀਆਂ ਮਰਨ ਤੋਂ ਬਾਅਦ ਵੀ ਚੁੜੇਲਾ ਰਹਿੰਦੀਆਂ ਨੇ। ਸੋ ਹਸੀ ਮਜ਼ਾਕ 'ਚ ਤਾਂ ਅੱਛਾ ਲੱਗਦਾ, ਬਟ ਜਦੋਂ ਇਹਨੂੰ ਅਸੀਂ ਰਿਸਪੈਕਟਿਵ ਫੋਰਮ ਦੇ ਵਿੱਚ ਵੇਖਦੇ ਹਾਂ ਤਾਂ ਥੋੜ੍ਹਾ ਜਿਹਾ ਸਾਊਂਡ ਕਰਦਾ ਕਿ ਯਾਰ ਨਹੀਂ ਇੱਦਾਂ, ਹੈ ਨਾ। ਸੋ ਤੁਸੀਂ ਤੁਹਾਡਾ ਕੀ ਨਜ਼ਰੀਆ? ਦੇਖੋ ਮੈਂ ਸੱਚੀ ਗੱਲ ਦੱਸਾਂ, ਸ਼ਾਇਦ ਪਤਾ ਨਹੀਂ ਸਰਗੁਣ ਨੂੰ ਯਾਦ ਹੋਵੇ ਜਾਂ ਨਹੀਂ, ਜਦੋਂ ਮੈਂ ਫਿਲਮ ਸੁਣੀ ਸੀ ਨਾ ਤਾਂ ਅਸੀਂ ਪਹਿਲਾਂ ਪੋਸਟਰ ਪਾਉਣ ਲੱਗੇ ਸੀਗੇ, ਹੈ ਨਾ। ਤਾਂ ਉਸ ਪੋਸਟਰ ਦੇ ਉੱਪਰ ਲਾਈਨ ਸੀਗੀ ਕਿ ਬੰਦਾ ਮਰ ਕੇ ਭੂਤ ਬਣ ਜਾਂਦਾ, ਜਨਾਨੀ ਮਰ ਕੇ ਵੀ ਚੜੇਲ ਦੀ ਚੜੇਲ ਰਹਿੰਦੀ ਆ। ਅਤੇ ਉਦੋਂ ਮੈਂ ਨਾ ਸਿਰਫ ਫਿਲਮ ਦੀ ਵਨ ਲਾਈਨਰ ਸੁਣੀ ਹੋਈ ਸੀ, ਵਨ ਲਾਈਨਰ ਮੈਨੂੰ ਬਹੁਤ ਅੱਛੀ ਲੱਗੀ ਸੀ ਅਤੇ ਮੈਂ ਫਿਲਮ ਨੂੰ ਓਕੇ ਕਰਤਾ ਸੀ, ਸਾਰਾ ਕੁਛ ਓਕੇ ਸੀਗਾ। ਅਸੀਂ ਸ਼ੂਟ ਸ਼ੁਰੂ ਕਰਨੀ ਥੋੜ੍ਹੇ ਟਾਈਮ ਤੱਕ ਅਤੇ ਅਸੀਂ ਕਿਹਾ ਵੀ ਪੋਸਟਰ ਪਾਉਣਾ ਵਾ, ਅਤੇ ਮੈਂ ਸਪੈਸ਼ਲੀ ਇਹਨਾਂ ਨੂੰ ਫੋਨ ਕਰਕੇ ਇਹ ਗੱਲ ਕਹੀ ਕਿ ਆਪਾਂ ਇਹ ਲਾਈਨ ਨਹੀਂ ਪਾਉਣੀ, ਠੀਕ ਹੈ? ਅਤੇ ਇਹ ਕਹਿੰਦੇ ਵੀ ਆਪਣੀ ਫਿਲਮ ਦੀ ਇਹ ਲਾਈਨ ਆ ਵੀ ਆਪਾਂ ਕਿਉਂ ਨਹੀਂ ਪਾਉਣੀ ਹੈਗੀ, ਤੁਸੀਂ ਦੇਖੋ ਪੋਸਟਰ 'ਤੇ ਹੁਣ ਵੀ ਨਹੀਂ ਪਾਈ ਹੋਈ, ਹੈ ਨਾ। ਮੈਂ ਕਿਹਾ ਨਹੀਂ ਜੀ। ਕਹਿੰਦੇ ਕੀ ਗੱਲ? ਮੈਂ ਕਿਹਾ ਯਾਰ ਜਦੋਂ ਨਾ ਬੰਦਾ ਫਿਲਮ ਦੇਖ ਕੇ ਨਿਕਲੂਗਾ ਤਾਂ ਉਹ ਆਪਣੀ ਬਹੁਤ ਪ੍ਰੇਜ਼ ਕਰੂਗਾ ਕਿ ਆਪਾਂ ਵਧੀਆ ਗੱਲਾਂ ਕੀਤੀਆਂ ਨੇ। ਬਟ ਸਮ ਹਾਓ ਕਈ ਵਾਰੀ ਕੀ ਹੁੰਦਾ ਕਿ ਕਈ ਵਾਰੀ ਬੰਦਾ ਸਿਰਫ ਟ੍ਰੇਲਰ 'ਤੇ ਇੱਕ ਲਾਈਨ ਪੜ੍ਹਦਾ, ਜਿਵੇਂ ਹੁਣ ਖਾਸ ਕਰਕੇ ਜਿਵੇਂ ਹੁਣ ਆਪਾਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਕੋਈ ਵੀ, ਜਿਵੇਂ ਹੁਣ ਆਪਣੀ ਆਹ ਇੰਟਰਵਿਊ ਹੁੰਦੀ ਆ, ਕਈ ਵਾਰੀ ਤੁਸੀਂ ਕੱਟ ਕੇ ਜਿਹੜਾ ਹੈਡਿੰਗ ਲਾਉਂਦੇ ਹੋ ਉਹ ਇੰਨਾ ਖਤਰਨਾਕ ਹੁੰਦਾ ਵਾ ਅਤੇ ਇੰਟਰਵਿਊ 'ਚ ਹੋ ਜਾ ਕੁਛ ਵੀ ਨਹੀਂ ਹੁੰਦਾ, ਹੈ ਨਾ। ਸੋ ਮੈਂ ਕਿਹਾ ਆਪਣੇ ਨਾਲ ਉਹ ਚੀਜ਼ ਨਾ ਹੋਵੇ ਕਿ ਯਾਰ ਆਪਾਂ ਉਹ ਹੈਡਿੰਗ ਲਾ ਦਈਏ ਜਿਹੜੀ ਫਿਲਮ ਬਿਲਕੁਲ ਦੂਜੇ ਲੋਟ ਆ। ਇਹ ਕਹਿੰਦੇ ਠੀਕ ਆ ਆਪਾਂ ਨਹੀਂ ਪਾਈ, ਬਟ ਹੁਣ ਜਦੋਂ ਤੁਸੀਂ ਟ੍ਰੇਲਰ 'ਚ ਵੀ ਦਿਖਾਇਆ। ਸੋ ਮੈਂ ਹਮੇਸ਼ਾ ਕਹਿੰਦਾ ਕਿ ਦੇਖੋ ਖਾਸ ਕਰਕੇ ਮੈਂ ਸ਼ੁਰੂ ਤੋਂ ਮੈਂ ਆਪਣੀ ਵਾਈਫ ਦੀ ਬਹੁਤ ਰਿਸਪੈਕਟ ਕਰਦਾ ਵਾਂ, ਹੈ ਨਾ, ਅਤੇ ਜੈਨੂਅਲੀ ਮੈਂ ਔਰ ਮੈਂ ਚਾਹੁੰਦਾ ਵੀ ਹਾਂ ਕਿ ਜੇ ਕੋਈ ਬੰਦਾ ਮੈਨੂੰ ਰਿਸਪੈਕਟ ਕਰਦਾ ਵਾ ਤਾਂ ਉਹ ਮੇਰੀ ਵਾਈਫ ਨੂੰ ਬਰਾਬਰ ਰਿਸਪੈਕਟ ਦੇਵੇ, ਹੈ ਨਾ। ਔਰ ਇਹ ਚੀਜ਼ ਹੋਣੀ ਵੀ ਚਾਹੀਦੀ ਆ। ਅਸੀਂ ਬਹੁਤ ਵਧੀਆ ਤਰੀਕੇ ਨਾਲ ਜਸਟੀਫਾਈ ਕੀਤੀ ਹੈ, ਇੱਕ ਪੂਰਾ ਹਿਊਮਰ ਦੇ ਵਿੱਚ ਖੇਡ ਕੇ ਇੱਕ ਚੀਜ਼ ਨੂੰ ਲਿਆ ਕੇ, ਹਰ ਇਨਸਾਨ ਦੀ ਇੱਕ ਅੰਦਰ ਫੀਲਿੰਗ ਹੈ, ਉਹ ਤੁਹਾਨੂੰ ਕਹੇ ਚਾਹੇ ਨਾ ਕਹੇ, ਉਹਨੂੰ ਹਰ ਬੰਦੇ ਨੂੰ ਬੁਰਾ ਲੱਗਦਾ, ਹਰ ਬੰਦੇ ਨੂੰ ਦੁੱਖ ਸੁੱਖ ਦੋਨੇ ਮਤਲਬ ਚੰਗਾ ਬੁਰਾ ਉਹਦੀ ਸਮਝ ਹੁੰਦੀ ਆ, ਕਈ ਵਾਰੀ ਬੰਦਾ ਤੁਹਾਨੂੰ ਕਹਿੰਦਾ ਨਹੀਂ ਹੈ, ਹੈ ਨਾ। ਉਹ ਸਾਰੀਆਂ ਚੀਜ਼ਾਂ ਅਸੀਂ ਇਸ ਫਿਲਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਨੋ ਡਾਊਟ ਫਿਲਮ ਆਊਟ ਐਂਡ ਆਊਟ ਇੱਕ ਕਹਿ ਸਕਦੇ ਕਿ ਹਿਊਮਰ ਦੇ ਪੱਖ 'ਚ ਉਸ ਪਾਸੇ ਨੂੰ ਜ਼ਿਆਦਾ ਆ ਫਿਲਮ, ਇਹ ਨਹੀਂ ਗਾ ਕਿ ਹੋਰਰ ਵਾਲੀ ਫਿਲਮ ਆ ਜਾਂ ਇਕੱਲੀ ਸੋਸ਼ਲ ਫਿਲਮ ਆ, ਨਹੀਂ, ਇਹ ਫੁੱਲ ਆਫ ਇੰਟਰਟੇਨਮੈਂਟ ਫਿਲਮ ਆ, ਫਨ ਫਿਲਮ ਹੈ, ਹੈ ਨਾ। ਬਟ ਹਾਂ, ਇਹਦੇ ਕਲਾਈਮੈਕਸ ਤੱਕ ਆਉਂਦੇ ਅਸੀਂ ਤੁਹਾਨੂੰ ਸਾਰੀਆਂ ਚੀਜ਼ਾਂ ਇਹ ਦੱਸਦੇ ਹਾਂ, ਔਰ ਬੜਾ ਵਧੀਆ ਤਰੀਕੇ ਨਾਲ ਜਸਟੀਫਾਈ ਕੀਤਾ ਜੈਨੂਅਲੀ। ਸੋ ਨਿਰਮਲ ਰਿਸ਼ੀ ਮੈਮ ਮੋਮ ਬਣੇ ਨੇ ਤੁਹਾਡੇ, ਹੈ ਨਾ, ਉਹਨਾਂ ਦੀ ਇੱਕ ਅਲੱਗ ਜੀ ਇਮੇਜ ਹੈ, ਐਂਡ ਇਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਨੇ ਤਾਂ ਉਹਨਾਂ ਨੂੰ ਆਪਣੀ ਪਾਵਰ ਦੇ ਨਾਲ ਹਵਾ 'ਚ ਹੀ, ਹੈ ਨਾ, ਜੰਪ ਕਰ ਰਹੇ ਨੇ, ਐਂਡ ਉਹਨੇ ਦੱਸਿਆ ਹੀ ਹੈ ਕਿ ਬਹੁਤ ਕੁਛ ਤੁਸੀਂ ਯੂਜ਼ ਕੀਤਾ VFX ਐਂਡ ਆਲ, ਬਟ ਉਹਨਾਂ ਦੇ ਨਾਲ ਕੰਮ ਕਰਨਾ ਐਂਡ ਉਹਨਾਂ ਦਾ ਇੱਕ ਔਰਾ ਸੈੱਟ ਦੇ ਉੱਤੇ, ਅਮਨ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ। ਦੇਖੋ ਰਿਸ਼ੀ ਮੈਮ ਨਾ, ਮੇਰਾ ਤਾਂ ਬਹੁਤ ਜ਼ਿਆਦਾ ਪਿਆਰ ਆ ਔਰ ਬਹੁਤ ਅਸੀਂ ਆਪਸ 'ਚ ਨੇੜੇ ਹਾਂ, ਹੈ ਨਾ, ਅਤੇ ਮੈਨੂੰ ਲੱਗਦਾ ਜਿੰਨਾ ਫਨ ਮੇਰੇ ਨਾਲ ਉਹ ਕਰਦੇ ਨੇ ਕਿਸੇ ਨਾਲ ਹੋਰ ਹੈ ਵੀ ਨਹੀਂ, ਹੈ ਨਾ। ਔਰ ਉਹ
ਮੈਂ ਉਹਨਾਂ ਦੀ ਵੈਸੇ ਵੀ ਬਹੁਤ ਜ਼ਿਆਦਾ ਮੈਨੂੰ ਬਹੁਤ ਪਸੰਦ ਨੇ ਉਹ, ਹੈ ਨਾ, ਮੈਨੂੰ ਵਧੀਆ ਲੱਗਦਾ ਉਹਨਾਂ ਨਾਲ ਕੰਮ ਕਰਨਾ, ਹੈ ਨਾ। ਈਵਨ ਅਸੀਂ ਹੁਣੇ ਹੁਣੇ ਕਰਕੇ ਆਏ ਹਾਂ ਅਰਦਾਸ ਸਰ ਵਾਧੇ ਭਲੇ ਦੀ, ਹੈ ਨਾ, ਉਹ ਸਾਰੀ ਫਿਲਮ ਦੇ ਵਿੱਚ ਅਸੀਂ ਨਾਲ ਸੀਗੇ, ਹੈ ਨਾ, ਸ਼ੁਰੂ ਤੋਂ ਲੈ ਕੇ ਐਂਡ ਤੱਕ ਬਹੁਤ ਫਨ ਹੋਇਆ। ਔਰ ਉੱਥੇ ਤਾਂ ਬਹੁਤ ਅਜੀਬ ਗੱਲਾਂ ਹੁੰਦੀਆਂ ਸੀ, ਮੈਨੂੰ ਯਾਦ ਆ ਮੈਂ ਜਦੋਂ ਸੈੱਟ 'ਤੇ ਆਉਂਦਾ ਸੀ, ਕਈ ਵਾਰੀ ਉਹ ਜਿਵੇਂ ਸ਼ਿਕਾਇਤ ਲਾਉਂਦੇ ਹੁੰਦੇ ਨੇ ਮੇਰੇ ਕੋਲ, ਆਉਂਦੀ ਸੀ ਇਹਨਾਂ ਨੇ ਮੈਨੂੰ ਬਨੇਰੇ 'ਤੇ ਚੜ੍ਹਾਤਾ, ਹਾਂ, ਅਤੇ ਸਵੇਰ ਦੇ ਬਨੇਰੇ 'ਤੇ ਕਦੇ ਐਂ ਨੂੰ ਲੈ ਜਾਂਦੇ ਨੇ, ਕਦੇ ਐਂ ਨੂੰ ਲੈ ਜਾਂਦੇ ਨੇ, ਇਹ ਪੁੱਛਦਾ ਹੁਣ ਸੀਨ ਕਿੱਡਾ ਕੁ ਲੰਮਾ ਵਾ, ਹੈ ਨਾ। ਅਤੇ ਉਹ ਤਾਂ ਬਹੁਤ ਹੀ ਚੰਗੇ ਨੇ, ਮੈਨੂੰ ਨਹੀਂ ਲੱਗਦਾ ਕਿ ਕੋਈ ਸੈੱਟ 'ਤੇ ਇੱਦਾਂ ਦਾ ਬੰਦਾ ਆਊ ਜਿਹਦੀ ਰਿਸ਼ੀ ਮੈਮ ਨਾਲ ਨਾ ਬਣਦੀ ਹੋਵੇ, ਹੈ ਨਾ। ਸੋ ਸਾਰੇ ਉਹਨਾਂ ਨੂੰ ਪਿਆਰ ਵੀ ਬਹੁਤ ਕਰਦੇ ਆ, ਰਿਸਪੈਕਟ ਵੀ ਬਹੁਤ ਕਰਦੇ ਆ, ਔਰ ਬਹੁਤ ਵਧੀਆ। ਹਾਂ, ਇਹ ਫਿਲਮ ਉਹਨਾਂ ਲਈ ਥੋੜ੍ਹੀ ਟਫ ਸੀ, ਹੈ ਨਾ, ਕਿਉਂਕਿ ਜਿੰਨੀ ਏਜ ਦੇ ਅਕੋਰਡਿੰਗ, ਬਟ ਤੁਹਾਨੂੰ ਮੈਂ ਜੈਨੂਅਲੀ ਦੱਸਾਂ, ਉਹਨਾਂ ਨੂੰ ਸਲਿਊਟ ਹੈ ਸੱਚੀ ਹੋਈ। ਇੱਕ ਵੀ ਚੀਜ਼ ਨੂੰ ਐਂ ਨਹੀਂ ਕਿਹਾ ਉਹਨਾਂ ਨੇ ਵੀ ਨਹੀਂ, ਜਦੋਂ ਉਹਨਾਂ ਨੇ, ਇਹਨਾਂ ਨੇ ਕਿਹਾ ਆਪਾਂ ਹਾਰਨਸ ਪਾ ਦੇਣੀ ਆ, ਉਹਨਾਂ ਨੇ ਡਿਊ ਪਲੇ ਵੀ ਮਨਾ ਕਰਤਾ, ਕਹਿੰਦੇ ਨਹੀਂ ਮੈਂ ਉੱਡ ਜੂੰਗੀ, ਮੈਂ ਆਪ ਹੀ ਕਰੂੰਗੀ, ਕਹਿੰਦੀ ਕਹਿੰਦੇ ਮੈਂ ਆਪ ਹੀ ਉੱਡ ਜੂੰਗੀ। ਅਸੀਂ ਕਿਹਾ ਮੈਮ ਨਹੀਂ, ਮੈਂ ਕਿਹਾ, ਕਹਿੰਦੇ ਬਨੇਰੇ 'ਤੇ ਤੁਸੀਂ ਬਿਲੀਵ ਕਰਿਓ, ਐਡਾ ਉੱਚਾ ਉਹ 3 ਮੰਜ਼ਿਲਾ ਘਰ ਹੈ, ਉਹਦੇ ਐਨ ਬਾਹਰ ਜੰਗਲੇ ਦੇ ਉੱਤੇ ਐਂ ਤੁਰ ਰਹੇ ਨੇ, ਇੱਧਰਲੇ ਪਾਸੇ ਬੰਦਾ ਦੇਖਦਾ ਹੈ ਉਹ ਪੂਰੇ ਇੱਦਾਂ ਦਾ ਕਰਕੇ। ਉਹ ਮੈਂ ਕਿਹਾ ਯਾਰ, ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਠੀਕ ਹੋ, ਕਹਿੰਦੇ ਹਾਰਨਸ ਪਾਈ ਹੋਈ, ਰੱਸੀਆਂ ਰੁੱਸੀਆਂ ਪਾਈਆਂ ਜਾਂ ਮੈਮ ਚੱਲ ਰਹੇ ਨੇ, ਹੈ ਨਾ। ਬਟ ਉਹ ਬਹੁਤ ਇੰਜੋਏ ਕਰਦੇ ਨੇ, ਉਹਨਾਂ ਨੂੰ ਚੈਲੇਂਜਿੰਗ ਚੀਜ਼ਾਂ ਆਪ ਨੂੰ ਵੀ ਕਰਨੀਆਂ ਚੰਗੀਆਂ ਲੱਗਦੀਆਂ ਨੇ। ਮੈਨੂੰ ਉਹੀ ਲੱਗਦਾ ਕਿ ਕਲਾਕਾਰ ਨੂੰ ਹਮੇਸ਼ਾ ਭੁੱਖ ਹੀ ਹੁੰਦੀ ਹੈ, ਸੋ ਇਹ ਕਹਿੰਦੇ ਵੀ ਕਲਾਕਾਰ ਪਪੇਟ ਹੀ ਹੁੰਦਾ, ਡਾਇਰੈਕਟਰ ਜਿੰਨਾ ਕਰਵਾ ਸਕਦਾ ਉਹ ਕਰਵਾ ਕੇ ਦੇਖ ਸਕਦਾ, ਸੋ ਅਸੀਂ ਵੇਖਾਂਗੇ। ਰੂਪੀ ਹਮੇਸ਼ਾ ਭੁੱਖੀ ਰਹਿੰਦੀ ਹੈ, ਇਹਨੂੰ ਕਦੇ ਚਾਕਲੇਟਾਂ ਕਦੇ ਕੁਛ ਕਦੇ ਕੁਛ, ਮਤਲਬ ਕਲਾਕਾਰ ਸੱਚੀ ਭੁੱਖਾ ਹੁੰਦਾ। ਤੁਹਾਡੇ ਕੋਲ ਇਹ ਗੱਲ ਪੁੱਛਾਂ, ਗਾਣਾ ਸਿੱਖਿਆ ਨਾ, ਤੁਹਾਨੂੰ ਤਾਂ ਵੈਸੇ ਸਾਰੀ ਇੰਡਸਟਰੀ ਨੂੰ ਸਿਖਾਇਆ, ਤੁਹਾਡੇ ਇੱਕ ਸੈੱਟ ਦੀ ਕਲਿੱਪ ਵੀ ਬਹੁਤ ਵਾਇਰਲ ਹੋਈ ਸੀ ਮਾਈਕ ਵਾਲੀ, ਫਿਰ ਸਿੱਖਿਆ ਤੁਸੀਂ? ਸਿਖਾਇਆ ਨਹੀਂ, ਇਹਨਾਂ ਨੇ ਮੈਨੂੰ ਮਤਲਬ ਬੈਕਗ੍ਰਾਉਂਡ ਦੇ ਵਿੱਚ ਰੱਖਿਆ ਹੋਇਆ ਆ, ਸੋ ਅਸੀਂ ਇਹਨਾਂ ਦੇ ਪਿੱਛੇ ਜਾਂਦੇ ਨੇ, ਅਸੀਂ ਸ਼ੋਅ ਵੀ ਲਾਉਣੇ ਸ਼ੁਰੂ ਕਰਨੇ ਆ ਕੋਰਸ ਦੇ ਵਿੱਚ, ਸੋਰੀ ਐਕਚੁਅਲੀ ਇਹਨੇ ਰਿਆਜ਼ ਨਹੀਂ ਕੀਤਾ ਹੋਇਆ ਨਾ, ਤਾਂ ਉਹਦਾ ਫਰਕ ਪੈ ਜਾਂਦਾ, ਮਤਲਬ ਜੇ ਆ ਵੀ ਰੋਜ਼ ਦੇ ਦਿਨ ਦੇ ਲਾਈਕ 2 ਘੰਟੇ ਵੀ ਤਾਂ ਗਲੇ ਹੀ ਬੈਠ ਗਿਆ, ਪਰਮਾਨੈਂਟ ਹੀ ਗਲੇ ਬੈਠ ਗਿਆ। ਨਹੀਂ ਪਰ ਮੈਂ ਤਾਂ ਆਵਾਜ਼ ਤੋੜੀ ਹੈ, ਤੁਹਾਨੂੰ ਪਤਾ ਨਹੀਂ ਜਿਵੇਂ ਅਰਜੀਤ ਸਿੰਘ ਨੇ ਤੋੜੀ ਸੀ, ਮੈਂ ਤਾਂ ਮਤਲਬ ਇਸ ਕਰਕੇ ਕੀਤਾ ਤਾਂ ਕਿ ਸਾਰਿਆਂ ਤੋਂ ਅਲੱਗ ਲੱਗੇ, ਹੈ ਨਾ, ਵਰਨਾ ਫਿਰ ਮੇਰੇ ਮਤਲਬ ਲੋਕਾਂ ਕੁੜੀਆਂ ਜੀ ਇੱਕੋ ਜਿਹੀ ਆਵਾਜ਼ ਸਾਰੇ ਸੇਮ ਲੋਕੀ ਗਾਉਂਦੇ ਆ, ਤੇ ਫਿਰ ਗਾਇਆ ਫਿਲਮ 'ਚ। ਹਾਂਜੀ, ਤਾਂ ਹੀ ਤਾਂ ਅੱਜ ਵੈਲਿਊ ਆ ਦੇਖੋ ਫਿਰ ਮੇਰੇ ਸਿੰਗਿੰਗ ਦੀ। ਅੱਛਾ, ਗੱਲ ਆਈ ਜਾ ਰਹੀ ਹੈ, ਓਕੇ। ਇੱਕ ਚੀਜ਼, ਜੈਸਮਿਨ ਸੈਂਡਲਰਸ ਬਹੁਤ ਅੱਛੇ ਸਿੰਗਰ ਨੇ ਸਾਡੇ ਇੰਡਸਟਰੀ ਦੇ, ਬਟ ਅਸੀਂ ਸਾਰੇ ਜਾਣਦੇ ਹਾਂ ਕਿ ਲਾਈਫ ਦੇ ਵਿੱਚ ਅਪ ਐਂਡ ਡਾਊਨਸ ਆਉਂਦੇ ਆ, ਹੈ ਨਾ, ਬਟ ਉਹਨਾਂ ਦਾ ਕਮਬੈਕ ਜੋ ਹੋਇਆ ਉਹ ਅੱਛੀ ਤਰੀਕੇ ਨਾਲ ਕਰ ਰਹੇ ਨੇ। ਪਹਿਲੇ ਵੀ ਤੁਹਾਡੀ ਫਿਲਮ ਦਾ ਪ੍ਰਮੋਸ਼ਨਲ ਟਰੈਕ ਉਹਨਾਂ ਨੇ ਗਾਇਆ ਸੀ, ਹੁਣ ਵੀ ਉਹਨਾਂ ਦੇ ਨਾਲ ਤੁਸੀਂ ਮੈਂ ਦੁਬਾਰਾ ਇੱਕ ਗਾਣਾ ਕੀਤਾ ਹੈ, ਸੋ ਐਜ਼ ਐਨ ਆਰਟਿਸਟ ਤੁਸੀਂ ਕਿਵੇਂ ਵੇਖਦੇ ਹੋ? ਔਰ ਮੈਨੂੰ ਲੱਗਦਾ ਹੈ ਕਿ ਜੈਸਮਿਨ ਦੇ ਬਾਰੇ ਵੀ ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿ ਤੁਸੀਂ ਜੇ ਉਹਨਾਂ ਨਾਲ ਕੰਮ ਕਰਦੇ ਹੋ, ਆਮ ਸ਼ੋਰ ਕੋਈ ਰੀਜ਼ਨ ਜ਼ਰੂਰ ਹੁੰਦਾ। ਨਹੀਂ, ਦੇਖੋ ਹਮੇਸ਼ਾ ਕੀ ਹੁੰਦਾ ਕਿ ਦੋ ਤਰੀਕੇ ਦੇ ਆਰਟਿਸਟ ਹੁੰਦੇ ਆ, ਵਧੀਆ ਆਰਟਿਸਟ, ਚੰਗੇ ਆਰਟਿਸਟ, ਨਹੀਂ ਵਧੀਆ ਆਰਟਿਸਟ, ਹੈ ਨਾ। ਸੋ ਜੈਸਮਿਨ ਦਾ ਕੰਮ ਹਮੇਸ਼ਾ ਹੀ ਵਧੀਆ ਰਿਹਾ ਵਾ, ਉਹਨੇ ਜਿੰਨੇ ਗਾਣੇ ਗਾਏ, ਔਰ ਬਹੁਤ ਹੀ ਵਧੀਆ ਅਤੇ ਮਤਲਬ ਇੱਕ ਡਿਫਰੈਂਟ ਵੋਕਲ ਦੀ ਆਰਟਿਸਟ ਆ ਉਹ, ਔਰ ਕਮਾਲ ਦੀ ਵੋਕਲ ਹੈ, ਹੈ ਨਾ। ਸੋ ਇੰਨਾ ਵਧੀਆ ਮਤਲਬ ਰੋ ਤਰੀਕੇ 'ਚ ਗਾ ਕੇ ਵੀ ਇੰਨਾ ਅਰਬਨ ਫੀਲ ਦੇਣਾ, ਹੈ ਨਾ, ਅਤੇ ਆਪਣੇ ਆਪ ਨੂੰ ਪ੍ਰੋਪਰ ਮਤਲਬ ਜਦੋਂ ਆਵਾਜ਼ ਹੀ ਸੁਣਦੇ ਹਾਂ ਤਾਂ ਉਹ ਗਲੇ 'ਚ ਨਿਭਾਉਂਦੀ ਆ ਉਹ ਸਾਰੀਆਂ ਚੀਜ਼ਾਂ, ਹੈ ਨਾ। ਸੋ ਬਹੁਤ ਵਧੀਆ ਵਾ। ਮੈਂ ਉਹਨਾਂ ਨਾਲ ਕਦੇ ਬਹੁਤ ਜ਼ਿਆਦਾ ਮੇਰੀ ਮੁਲਾਕਾਤ ਨਹੀਂ ਹੋਈ ਹੈਗੀ, ਸੋ ਇੱਕ ਮਸਾ ਹੀ ਮੈਂ ਇੱਕ ਅੱਧੀ ਵਾਰੀ ਅਸੀਂ ਮਿਲੇ ਹਾਂ, ਅਤੇ ਮੈਨੂੰ ਯਾਦ ਆ ਪਿੱਛੇ ਜੇ ਇੱਕ ਵਾਰੀ ਕਾਫੀ ਟਾਈਮ ਹੋ ਗਿਆ ਸਾਡੀ ਫੋਨ 'ਤੇ ਗੱਲ ਹੋਈ ਸੀ, ਐਂਡ ਸ਼ੀ ਇਜ਼ ਵੈਰੀ ਸਵੀਟ, ਬਹੁਤ ਮਤਲਬ ਰਿਸਪੈਕਟਫੁੱਲ ਆ ਜਿੰਨੀ ਮੇਰੀ ਗੱਲ ਹੋਈ ਆ, ਹੈ ਨਾ। ਅਤੇ ਉਹ ਪਿਛਲੇ ਸ਼ੂਟ 'ਤੇ ਅਸੀਂ ਬਸ ਉਦੋਂ ਮਿਲੇ ਸੀਗੇ, ਅਤੇ ਆਹ ਜਦੋਂ ਗਾਣਾ ਕਰਨਾ ਸੀਗਾ ਪਹਿਲਾਂ ਤਾਂ ਸਾਨੂੰ ਪਤਾ ਨਹੀਂ ਸੀ ਵੀ ਅਸੀਂ ਕਿਹੜਾ ਗਾਣਾ ਕਰ ਰਹੇ ਹਾਂ, ਅਤੇ ਜਦੋਂ ਗਾਣਾ ਇਹ ਸਿਲੈਕਟ ਹੋਇਆ ਅਤੇ ਇਹ ਡਿਊਟ ਗਾਣਾ ਸੀਗਾ, ਅਤੇ ਜਦੋਂ ਹੀ ਭੇਜਿਆ ਜਾਨੀ ਨੇ ਮੈਨੂੰ ਕਹਿੰਦਾ ਭਾਅ ਜੀ ਤੁਹਾਨੂੰ ਕੌਣ ਲੱਗਦਾ, ਮੈਂ ਕਿਹਾ ਯਾਰ ਮੈਨੂੰ ਤਾਂ ਐਂ ਲੱਗਦਾ ਕਿ ਜੈਸਮੀਨ ਦਾ ਗਾਣਾ ਉਹ ਹੀ ਗਾ ਸਕਦੀ ਹੈ, ਕਹਿੰਦਾ ਭਾਅ ਜੀ ਸਾਨੂੰ ਵੀ ਉਹੀ ਲੱਗਦਾ।
ਦੈਨ ਉਸ ਤੋਂ ਬਾਦ ਪਲੈਨ ਹੋਇਆ ਤੇ ਗਾਣਾ ਡਬ ਹੋਇਆ ਔਰ ਬਹੁਤ ਵਧੀਆ। ਹਾਂ ਹਾਂਜੀ, ਬਣਾ ਰਹੇ ਹੋ ਬੈਕ ਟੂ ਬੈਕ ਔਰ ਅੱਛਾ ਲੱਗ ਰਿਹਾ, ਅੱਛੀ ਵਾਈਬ ਹੈ। ਤੁਸੀਂ ਇਹ ਜਿਹੜੀ ਫਿਲਮ ਕੀਤੀ ਹੈ, ਜਿਹੜਾ ਕਰੈਕਟਰ ਹੈ ਸਰਗੁਣ, ਮੈਨੂੰ ਲੱਗਦਾ ਆਰਟਿਸਟ ਲਈ ਹਮੇਸ਼ਾ ਚੈਲੰਜ ਰਹਿੰਦਾ ਹੀ ਆ, ਕਿਉਂਕਿ ਹਰ ਕਰੈਕਟਰ ਮਤਲਬ ਤੁਸੀਂ ਡਿਫਰੈਂਟ ਦਿਖਾਉਣਾ ਹੁੰਦਾ, ਸੋ ਇਸ ਫਿਲਮ ਦੇ ਵਿੱਚ ਜੋ ਕਰੈਕਟਰ ਕੀਤਾ ਮਜ਼ਾ ਕਿੰਨਾ ਕੁ ਆਇਆ, ਕਿਉਂਕਿ ਸਾਨੂੰ ਤਾਂ ਟ੍ਰੇਲਰ ਦੇਖ ਕੇ ਬਹੁਤ ਮਜ਼ਾ ਆ ਰਿਹਾ ਔਰ ਚੈਲੰਜਸ ਸੀਗੇ? ਆਪਣੇ ਆਪ ਨੂੰ ਰੱਖਿਆ, ਕਹਿੰਦੇ ਵੀ ਮੈਂ ਸੌਖੀ ਤਰੀਕੇ ਨਾਲ ਕਰਾਂ, ਕਹਿੰਦੇ ਵੀ ਮੇਰੇ ਤਾਂ ਬਸ ਅੰਦਰ ਹੀ ਆ ਬਸਿਆ ਹੋਇਆ, ਕਹਿੰਦੇ ਅੰਦਰ। ਐਕਚੁਅਲੀ ਨਾ ਬਹੁਤ ਸ਼ਰਾਰਤੀ ਕਰੈਕਟਰ, ਹਾਂਜੀ, ਮਤਲਬ ਉਹ ਅੱਧੀ ਫਿਲਮ ਚ ਤਾਂ ਓ ਮਾਈ ਗੋਡ ਕਿੰਨੀ ਵਾਰੀ ਡਰੇਗੀ ਯਾਰ, ਸੁਪਨੇ ਚ ਕਿਹੜੀ ਛੇੜੀ ਲਾ ਕਰ ਤੂੰ ਤੱਕਣੇ ਦਾ ਤੈਨੂੰ ਮੈਨੂੰ ਚਾਹ ਚੜਿਆ, ਚਾਹ ਚੜਿਆ ਤੇ ਨਾਲੇ ਸਾਹ ਚੜਿਆ, ਡਰ ਗਈ ਮੈਂ ਰਾਤੀ ਪੌਣੇ 3 ਵਜੇ ਤੂੰ ਮੇਰੇ ਕਮਰੇ ਚ ਆ ਵੜਿਆ, ਕਸਕਾ ਤੋਂ ਪੈਰ ਰੱਖੀ ਜਾਂਦਾ ਸੱਪ ਤੇ ਤੂੰ ਛੱਤ ਮੇਰੀ ਆ ਨੋਰਾ ਛੱਤਾ ਟੱਪ ਕੇ, ਫਿਰ ਨਾ ਕਹੀ ਕਿ ਤੇਰਾ ਮੋਰ ਬਣਿਆ ਮੇਰੇ ਪਿੰਡ ਦੀ ਵਡੀਰ ਤੈਨੂੰ ਲੈ ਚੱਕ ਕੇ। ਨਾਈਸ, ਵੈਸੇ ਮੈਨੂੰ ਪੂਰਾ ਬਸ ਸੁਣ ਕੀ ਬਾਤ ਕੀ ਬਾਤ 3 ਮਿੰਟ ਕਾ ਇੱਕ ਬਹੁਤ ਇੰਪੋਰਟੈਂਟ ਸਵਾਲ, ਇਸ ਫਿਲਮ ਦੇ ਵਿੱਚ ਵਿਆਹ ਤੁਸੀਂ ਹਸਬੈਂਡ ਵਾਈਫ ਵਿਖਾਏ ਗਏ ਹੋ, ਰਿਲੇਸ਼ਨਸ਼ਿਪ ਵੈਲਿਊ ਕੀ ਹੈ ਤੁਹਾਡੇ ਲਈ? ਰਿਲੇਸ਼ਨਸ਼ਿਪ ਵੈਲਿਊ ਤਾਂ ਮੇਰੇ ਖਿਆਲ ਸਾਰਿਆਂ ਲਈ ਹੀ ਬਹੁਤ ਇੰਪੋਰਟੈਂਟ ਆ, ਉਸ ਤੋਂ ਬਿਨਾਂ ਕੀ ਆ, ਜੇ ਤੁਹਾਡੇ ਰਿਲੇਸ਼ਨਸ਼ਿਪ ਵੈਲਿਊ ਜਾਂ ਤੁਸੀਂ ਸਮਝਦੇ ਨਹੀਂ ਕਿ ਉਸ ਵੈਲਿਊ ਨੂੰ, ਤਾਂ ਤੁਹਾਡੀ ਲਾਈਫ ਮੈਨੂੰ ਤਾਂ ਡਿਸਟਰਬ ਹੀ ਆ, ਕਿਉਂਕਿ ਦੇਖੋ ਬਾਕੀ ਚੀਜ਼ਾਂ ਸਾਰੀਆਂ ਲੈਫਟ ਰਾਈਟ ਤੁਹਾਡੀਆਂ ਚੱਲੀ ਜਾਂਦੀਆਂ, ਜੇ ਤੁਸੀਂ ਤੁਹਾਡੇ ਰਿਲੇਸ਼ਨਸ ਤੁਹਾਡੀ ਫੈਮਿਲੀ ਨਾਲ ਤੁਹਾਡੇ ਦੋਸਤਾਂ ਨਾਲ ਜਾਂ ਕਿਸੇ ਨਾਲ ਵੀ ਉਹ ਰਾਈਟ ਨਹੀਂ ਹੈਗੇ, ਤਾਂ ਤੁਹਾਡੇ ਕਹਿ ਕੀ ਕਹਿੰਦੇ ਹੁੰਦੇ ਨੇ ਉਹ ਜਿਹੜਾ ਪਿੱਛੇ ਵਾਲਾ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਉਹ ਚੀਜ਼ ਹਮੇਸ਼ਾ ਰਹਿੰਦੀ ਹੈ, ਪਿੱਛੇ ਵਾਲਾ ਮੈਂ ਕਿਹਾ ਪਰਛਾਈ ਚੜੇ ਯਾਰ ਇਹ ਉੱਤੇ ਗਦੀ, ਤੇ ਉਹ ਉੱਥੇ ਹਮੇਸ਼ਾ ਉਸ ਚੀਜ਼ ਦੀ ਸਟ੍ਰੈਸ ਰਹਿੰਦੀ ਆ, ਤੁਸੀਂ ਰਾਈਟ ਤਰੀਕੇ ਨਾਲ ਕੰਮ ਨਹੀਂ ਕਰ ਸਕਦੇ, ਤੁਸੀਂ ਉਹ ਮੈਨੂੰ ਲੱਗਦਾ ਕਿ ਜੋ ਤੁਸੀਂ ਤੁਹਾਡੇ ਪੋਟੈਂਸ਼ੀਅਲ ਹੁੰਦਾ ਉਹ ਸਾਰਾ ਖਤਮ ਹੋ ਜਾਂਦਾ ਵਾ, ਸੋ 100% ਰਿਲੇਸ਼ਨਸ਼ਿਪ ਵੈਲਿਊ ਤਾਂ ਤੁਹਾਨੂੰ ਸਮਝਣੀ ਚਾਹੀਦੀ ਹੈ। ਤੁਹਾਡੇ ਲਈ ਰਿਲੇਸ਼ਨਸ਼ਿਪ ਵੈਲਿਊ, ਆਮਨ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ, ਮੈਂ ਕੀ ਦੱਸਾਂ, ਮੈਂ ਰਿਲੇਸ਼ਨਸ਼ਿਪ ਵੈਲਿਊ ਨਹੀਂ ਬੜਾ ਮੰਗਦੇ ਪਤਾ ਨਹੀਂ ਤੁਹਾਨੂੰ ਮੇਰਾ ਜਵਾਬ ਨਹੀਂ, ਮੈਂ ਕਿਉਂ ਮੇਰੇ ਵਾਲਾ ਹੀ ਨਾ ਦੁਬਾਰਾ ਜੇ ਪਿਓ ਤੁਸੀਂ ਐਂ ਲੱਗੇ ਵੀ ਕਿਤੇ ਜਿਹੜਾ ਜੋ ਮੈਂ ਬੋਲਿਆ ਹੋਈ ਇਹਨਾਂ ਨੇ ਬੋਲਿਆ, ਤੁਸੀਂ ਆਪਣਾ ਬੋਲੋਗੇ ਤੇ ਤੁਹਾਨੂੰ ਜਿਵੇਂ ਪੁੱਛਿਆ ਨਾ ਮੈਨੂੰ ਲੱਗਿਆ ਹਾਂ ਬਹੁਤ ਜ਼ਰੂਰੀ ਆ ਹੈ ਨਾ, ਫਿਰ ਮੈਂ ਕਿਹਾ ਯਾਰ ਰਵੀ ਤਾਂ ਕਾਲ ਨਹੀਂ ਕਰ ਰਹਾ, ਤਾਂ ਮੇਰੇ ਦਿਮਾਗ 'ਚ ਚੱਲ ਰਿਹਾ ਮੈਨੂੰ ਕਾਲ ਨਹੀਂ ਕੀਤਾ ਉਹਨੇ, ਹਾਂ ਬਟ ਨਹੀਂ ਬਹੁਤ ਜ਼ਰੂਰੀ ਹੈ ਜਦੋਂ ਬੰਦਾ ਮੈਂਟਲੀ ਉਦੋਂ ਹੀ ਸਟੇਬਲ ਹੁੰਦਾ ਜਦੋਂ ਪਰਸਨਲ ਲਾਈਫ ਮਤਲਬ ਤੁਹਾਡੇ ਘਰ ਦੇ ਹੋਣ, ਤੁਹਾਡਾ ਹਸਬੈਂਡ ਹੋਏ ਸਾਰੇ ਹੋਣ, ਉਹ ਤੁਹਾਨੂੰ ਸਪੋਰਟ ਕਰਦੇ ਹੋਣ ਅਤੇ ਤੁਹਾਡੇ ਤੁਹਾਡੇ ਕੰਮ ਲਈ ਖੁਸ਼ ਹੋਣ, ਤਾਂ ਤੁਹਾਨੂੰ ਕੰਮ 'ਚ ਵੀ ਹੋਰ ਮਜ਼ਾ ਆਉਂਦਾ। ਰਾਈਟ, ਐਂਡ ਰੂਪੀ
ਉਹਦੇ ਲਈ ਕੁਛ ਨਹੀਂ ਹੈ, ਉਹਦਾ ਤਾਂ ਜੈਨੂਇਨਲੀ ਕੋਈ ਨਹੀਂ, ਇੱਕ ਦੂਜੇ ਲਈ ਕਹਿ ਦਿੰਦੇ ਕੋਈ ਨਹੀਂ ਕੋਈ ਨਹੀਂ, ਆਈ ਮੀਨ ਕੋਈ ਰਿਲੇਸ਼ਨਸ਼ਿਪ ਵੈਲਿਊ ਤੇ ਕੁਛ ਹੈ ਨਹੀਂ, ਕੋਈ ਜੋ ਸਰ ਤੇ ਸਰਗੁਣ ਨਹੀਂ ਬੋਲ, ਬਟ ਨਹੀਂ ਫਿਰ ਕਾਪੀ ਪੇਸਟ, ਮੈਂ ਤਾਂ ਵਿਆਹ ਹੀ ਨਹੀਂ ਹੋਇਆ, ਹਾਏ ਮੈਂ ਤਾਂ ਪੁੱਛਿਆ ਹੀ ਨਹੀਂ, ਮੈਂ ਹਸਬੈਂਡ ਵਾਈਫ ਦੀ ਗੱਲ ਨਹੀਂ ਕਰ ਰਹੀ, ਆਮ ਜਸਟ ਟਾਕਿੰਗ ਅਬਾਊਟ ਨਾਰਮਲ ਰਿਲੇਸ਼ਨਸ਼ਿਪ, ਹਾਂ ਜੀ ਜੀ, ਨਹੀਂ ਨਹੀਂ ਰਿਸ਼ਤੇ ਬਹੁਤ ਇੰਪੋਰਟੈਂਟ ਹੈ ਜੀ, ਠੀਕ ਹੈ, ਇਹ ਜਿੱਦਾਂ ਹੁਣ ਤੁਸੀਂ ਇਹਨੂੰ ਦੋ ਕੁ ਵਾਰੀ ਡਰਾਇਆ ਸੀਗਾ, ਇਹ ਇਦਾਂ ਹੀ ਡਰਦੇ ਰਹਿੰਦੇ ਨੇ, ਹਾਂ ਇਹ ਤਾਂ ਜੇ ਮਤਲਬ ਜੇ ਤੁਸੀਂ ਨਾ ਡਰੋ ਤੈਨੂੰ ਲੱਗਦਾ ਵੀ ਕਾਫੀ ਟਾਈਮ ਲੰਘ ਗਿਆ, ਮੈਂ ਤਾਂ ਡਰੀ ਹੋਈ ਨਹੀਂ ਗਈ, ਫਿਰ ਕਈ ਵਾਰੀ ਆਪ ਬੈਠੀ ਬੈਠੀ ਉਹੀ ਡਰ ਜਾਂਦੀ ਆ, ਮੈਂ ਨਾ ਇਹ ਪੁੱਛਣਾ ਮਤਲਬ ਮੈਂ ਆਬਜ਼ਰਵ ਕਰ ਰਹੀ ਸੀ ਕਿ ਜਦੋਂ ਤੁਹਾਡਾ ਕਰੀਅਰ ਸਟਾਰਟ ਹੋਇਆ ਸੀ ਉਸ ਤੋਂ ਲੈ ਕੇ ਹੁਣ ਤੱਕ ਅਸੀਂ ਆਰਟਿਸਟ ਨੂੰ ਦੇਖਦੇ ਹਾਂ ਜਾਂ ਤੁਹਾਡੀ ਵੀ ਗੱਲ ਕਰੀਏ, ਹੈ ਨਾ, ਇੱਦਾਂ ਦੇਖ ਕੇ ਲੱਗਦਾ ਯਾਰ ਤੁਹਾਡੀ ਲਾਈਫ ਤੋਂ ਸੋਹਣੀ ਲਾਈਫ ਨਹੀਂ ਹੋਊਗੀ, ਹੈ ਨਾ, ਸਿਕਿਉਰਿਟੀ ਹੈ, ਬੰਦੇ ਤੁਰਦੇ ਆ ਨਾਲ, ਮੇਕਅਪ ਵਾਲੇ ਹੁੰਦੇ ਨੇ, ਕੌਨਸਰਟਸ ਹੁੰਦੇ ਨੇ, ਫਿਲਮਾਂ ਆਉਂਦੀਆਂ, ਬਟ ਮੈਂ ਜਾਣਨੀ ਚਾਹੂੰਗੀ ਇਹ ਗੱਲ ਕਿ ਬਿਹਾਈਂਡ ਦੈਟ, ਹੈ ਨਾ, ਆਰਟਿਸਟ ਲਾਈਫ ਕਿੰਨੀ ਔਖੀ ਹੈ ਗਿੱਪੀ ਜੀ, ਔਰ ਆਰਟਿਸਟ ਲਾਈਫ ਕੀ ਹੈ ਤੁਹਾਡੇ ਲਈ, ਕੀ ਹੈ ਦੇਖਣ ਵਾਲਿਆਂ ਨੂੰ ਤਾਂ ਬਹੁਤ ਕੁਛ ਲੱਗਦਾ ਹੈ, ਇਹ ਕੀ ਹੈ ਕਿ ਹਰ ਬੰਦੇ ਲਈ ਅਲੱਗ ਅਲੱਗ ਹੈ, ਦੇਖੋ ਹਰ ਚੀਜ਼ ਦੇ ਵਿੱਚ, ਹਰ ਕੰਮ ਦੇ ਵਿੱਚ, ਹਰ ਕੰਮ ਟਫ ਹੈ, ਹਰ ਕੰਮ ਈਜ਼ੀ ਨਹੀਂ ਹੈ, ਅੱਜ ਜਦੋਂ ਆਪਾਂ ਕਈ ਵਾਰੀ ਦੇਖਣ ਲੱਗਦੇ ਹਾਂ ਜਿਹੜੇ ਬੰਦੇ ਦੋ ਚਾਰ ਸੈੱਟ ਹੁੰਦੇ ਨੇ ਆਪਾਂ ਉਹਨਾਂ ਨੂੰ ਦੇਖੀ ਜਾਂਦੇ ਕਿ ਯਾਰ ਇਹ ਬੜੇ ਵਧੀਆ ਨੇ, ਬਾਕੀ ਹਜ਼ਾਰਾਂ ਆਰਟਿਸਟ ਹੋਰ ਤੁਰੇ ਫਿਰਦੇ ਨੇ ਜਿਨ੍ਹਾਂ ਦੀ ਇੰਨੀ ਜ਼ਿਆਦਾ ਸਟਰਗਲ ਆ, ਔਰ ਸੈੱਟ ਹੋਣ ਤੋਂ ਬਾਅਦ ਵੀ ਇੰਨੀ ਜ਼ਿਆਦਾ ਸਟ੍ਰੈਸ ਹੁੰਦੀ ਹੈ ਕਈ ਵਾਰੀ, ਇੰਨੀਆਂ ਜ਼ਿਆਦਾ ਚੀਜ਼ਾਂ ਹੁੰਦੀਆਂ ਤੁਸੀਂ ਕੰਮ ਕਰਨਾ, ਫਿਲਮ ਬਣਾਉਣੀ ਆ, ਫਿਲਮ ਬਣ ਕੇ ਰਾਈਟ ਹੋਵੇ, ਫਿਲਮ ਕਈ ਵਾਰੀ ਰਾਈਟ ਬਣ ਜਾਂਦੀ ਹੈ, ਰਾਈਟ ਫਿਲਮ ਵੀ ਚੱਲਣੀ ਬਹੁਤ ਜ਼ਰੂਰੀ ਹੈ, ਕਈ ਵਾਰੀ ਵਧੀਆ ਫਿਲਮਾਂ ਵੀ ਨਹੀਂ ਚੱਲਦੀਆਂ, ਕਿਤੇ ਕੁਛ ਨਾ ਕੁਛ ਹੋ ਜਾਵੇ, ਇੱਥੇ ਅਸੀਂ ਫਿਲਮਾਂ ਬਣਾ ਲਈਆਂ, ਕੋਵਿਡ ਆ ਗਿਆ, ਕਦੇ ਕੁਛ ਹੋ ਗਿਆ, ਜਾਂ ਕਈ ਵਾਰੀ ਕੋਈ ਹੋਰ ਇਸ਼ੂ ਹੋ ਗਿਆ ਤਾਂ ਲੋਕਾਂ ਦਾ ਮੂਡ ਨਹੀਂ ਹੈ ਫਿਲਮ ਦੇਖਣ ਜਾਣ ਦਾ, ਐਂਟਰਟੇਨਮੈਂਟ ਫੀਲਡ ਹੈ, ਹੈ ਨਾ, ਸੋ ਉਹ ਸਾਰੀਆਂ ਚੀਜ਼ਾਂ ਅਫੈਕਟ ਕਰਦੀਆਂ ਨੇ ਇਸ ਚੀਜ਼ 'ਤੇ, ਬਟ ਹਾਂ ਮੈਨੂੰ ਐਂ ਲੱਗਦਾ ਕਿ ਕੋਈ ਵੀ ਬੰਦਾ ਕਿਸੇ ਵੀ ਕਿੱਤੇ 'ਚ ਕੰਮ ਕਰਦਾ ਜਿਹੜਾ, ਜੇ ਉਹਦਾ ਉਹੀ ਪ੍ਰੋਫੈਸ਼ਨ ਉਹਦਾ ਪੈਸ਼ਨ ਹੈ ਤਾਂ ਉਹਦੇ ਲਈ ਬਹੁਤ ਵਧੀਆ ਹੋ ਜਾਂਦਾ, ਜਿਵੇਂ ਹੁਣ ਸਾਨੂੰ ਕੀ ਆ ਕਿ ਮੈਂ ਇਸ ਫੀਲਡ 'ਚ ਤਾਂ ਕੰਮ ਕਰਦਾ ਕਿਉਂਕਿ ਮੈਨੂੰ ਪਿਆਰ ਹੈ ਇਸ ਫੀਲਡ ਨਾਲ, ਹੈ ਨਾ, ਮੈਂ ਫਿਲਮਾਂ ਦੇਖ ਕੇ ਖੁਸ਼ ਹਾਂ, ਫਿਲਮਾਂ ਦੇ ਕੰਮ ਕਰਕੇ ਖੁਸ਼ ਹਾਂ, ਗਾਣੇ ਗਾ ਕੇ ਖੁਸ਼ ਹਾਂ, ਇਹ ਚੀਜ਼ਾਂ ਮੈਨੂੰ ਵਧੀਆ ਲੱਗਦੀਆਂ ਨੇ, ਸੋ ਉਹ ਜੇ ਤੁਹਾਨੂੰ ਉਸੇ ਕੰਮ 'ਚ ਰੋਟੀ ਮਿਲਣ ਲੱਗ ਜੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ, ਸੋ ਦੈਟਸ ਵਾਈ ਉਹ, ਬਾਕੀ ਇਹ ਹੈ ਕਿ ਕੋਈ ਬੰਦੇ ਜਿਹੜੇ ਪ੍ਰੋਪਰਟੀ ਦਾ ਕੰਮ ਕਰਦੇ ਆ ਉਹਨਾਂ ਨੂੰ ਵਧੀਆ ਲੱਗਦਾ ਕਿ ਯਾਰ ਆਪਾਂ ਕਰਨਾ ਕਰਨਾ, ਉਹ ਉੱਥੇ ਵੀ ਬਹੁਤ ਖੁਸ਼ ਨੇ, ਹੈ ਨਾ, ਸਿਰਫ ਸਾਡਾ ਕੀ ਆ ਕਿ ਇਹ ਨਹੀਂ ਕਿ ਅਸੀਂ ਇੱਦਾਂ, ਬਹੁਤ ਲੋਕਾਂ ਦੀ ਮਤਲਬ ਲੱਖਾਂ ਕਰੋੜਾਂ ਲੋਕਾਂ ਦੀ ਜ਼ਿੰਦਗੀ ਇਸ ਤੋਂ ਹੋਰ ਪ੍ਰੋਫੈਸ਼ਨਲ 'ਚ ਜ਼ਿਆਦਾ ਬੈਟਰ ਹੈ, ਬਟ ਕੀ ਹੈ ਕਿ ਅਸੀਂ ਲੋਕਾਂ ਦੇ ਸਾਹਮਣੇ ਜ਼ਿਆਦਾ ਆਉਂਦੇ ਹਾਂ ਐਕਟਰ ਕਰਕੇ, ਸਿੰਗਰ ਕਰਕੇ, ਤਾਂ ਲੋਕਾਂ ਨੂੰ ਆਹ ਚੀਜ਼ਾਂ ਦਿਖ ਜਾਂਦੀਆਂ ਨੇ, ਅਦਰਵਾਈਜ਼ ਜਿਹੜੇ ਹੋਰ ਲੋਕ ਨੇ ਉਹਨਾਂ ਦੀ ਕਈ ਵਾਰੀ ਉਵੇਂ ਦਿਖਦੀਆਂ ਨੀਗੀਆਂ ਜੀ, ਬਿਲਕੁਲ ਸਹੀ ਗੱਲ ਹੈ, ਮੈਨੂੰ ਲੱਗਦਾ ਬਹੁਤ ਜ਼ਿਆਦਾ ਸਟ੍ਰੈਸ ਔਰ ਬਹੁਤ ਜ਼ਿਆਦਾ ਚੈਲੰਜਸ ਹੁੰਦੇ ਆ ਤੁਹਾਡੀ ਲਾਈਫ ਦੇ ਵਿੱਚ, ਹੈ ਨਾ, ਸੋ ਤੁਹਾਡੇ ਕੋਲੋਂ ਵੀ ਜਾਣਨਾ ਚਾਹਾਂਗੀ ਦੇਖਣ 'ਚ ਜਿੰਨਾ ਸੋਹਣਾ ਲੱਗਦਾ, ਬਟ ਕਿੰਨੀ ਚੈਲੰਜਿੰਗ ਔਰ ਆਈ ਮੀਨ ਕਿਹੋ ਜਿਹੀ ਹੁੰਦੀ ਹੈ ਆਰਟਿਸਟ ਲਾਈਫ ਤੁਹਾਡੇ ਅਕੋਰਡਿੰਗ? ਮੈਂ ਆਪਦਾ ਨਵਾਂ ਬਣਾ ਲਾ, ਸਹੀ ਸਾਰਾ ਕੁਛ ਤਾਂ ਕਵਰ ਕਰਦਾ, ਬਹੁਤ ਵਧੀਆ ਹੁੰਦੀ ਹੈ, ਸੱਚਿਓਂ ਉਵੇਂ ਹੀ ਹੁੰਦੀ ਆ ਜਿਵੇਂ ਤੁਸੀਂ ਗਈ, ਹੁਣ ਮੈਂ ਕੁਛ ਅਲੱਗ ਸਰਗੁਣ ਨੇ ਡਿਫਰੈਂਟ ਟਰਾਈ ਕੀਤੀ ਕੁਛ ਕਰਨ ਦੀ, ਸਾਡੇ ਕੋਲ ਸਾਰਾ ਕੁਛ ਹੁੰਦਾ, ਸਾਰਾ ਕੁਛ, ਮੈਨੂੰ ਵੈਸੇ ਵੀ ਲੱਗਦਾ ਕਿ ਹਰ ਬੰਦੇ ਦੀ ਲਾਈਫ ਬਹੁਤ ਵਧੀਆ ਹੁੰਦੀ, ਮੈਂ ਸਾਰਿਆਂ ਨੂੰ ਆਹੀ ਕਹਿੰਦੀ ਹਾਂ, ਜੇ ਤੁਸੀਂ ਵੀ ਮੇਰੇ ਕੋਲ ਆਓਗੇ ਨਾ ਕਹਿਣ ਲਈ ਕਿ ਮੈਂ ਤਾਂ ਐਂ ਫੀਲ ਕਰ ਰਹੀ, ਮੈਂ ਤੁਹਾਨੂੰ ਕਹੂੰਗੀ ਯਾਰ ਤੁਹਾਨੂੰ ਤੁਹਾਡੀ ਲਾਈਫ 'ਚ ਕੀ ਕਮੀ ਆ, ਤੁਸੀਂ ਇੱਥੇ ਤੱਕ ਗੱਡੀ 'ਚ ਆਏ, ਤੁਸੀਂ ਵਧੀਆ ਸੂਟ ਪਾਇਆ, ਤੁਸੀਂ ਘਰੇ ਜਾਣਾ ਹੈ ਤੁਹਾਡੇ, ਮਤਲਬ ਮੈਨੂੰ ਲੱਗਦਾ ਕਿ ਸਾਰਿਆਂ ਦੀ ਲਾਈਫ, ਹੋਰ ਬੈਸਟ ਚੀਜ਼ ਇਹ ਆ ਤੁਸੀਂ ਟਾਈਮ ਸਿਰ ਵਿਹਲੇ ਹੋ ਜਾਣਾ, ਅਸੀਂ ਥੋੜੀ ਵਿਹਲੇ ਹੋਣਾ ਸੀ ਰਾਤ ਨੂੰ 12-1 ਵਜੇ ਤੱਕ ਐਂ ਲੱਗੇ ਰਹਿਣਾ, ਤੁਹਾਡੇ 4 ਘੰਟੇ ਸੁਣਨੇ ਹੋ, ਕਿਉਂਕਿ ਕੰਮ ਹੀ ਇੰਨਾ ਹੁੰਦਾ ਵਾ ਤਾਂ ਜਾਂ, ਹੁਣ ਅੱਜ ਤੁਸੀਂ ਦੇਖ ਲਓ ਆਹ ਕੋਲੇ ਬੈਠੇ ਨੇ, ਇਹਨਾਂ ਨੇ ਹੁਣ ਕਰਦੇ ਕਰਦੇ ਸਾਨੂੰ ਇਹ ਲੱਗਦਾ ਸੀਗਾ ਕਿ ਇਸ ਟਾਈਮ ਤੱਕ 7 ਵਜੇ ਨੇ ਵੀ ਅਸੀਂ ਫ੍ਰੀ ਹੋ ਜਾਵਾਂਗੇ, ਬਟ ਮੈਨੂੰ ਇੱਦਾਂ ਲੱਗਦਾ ਕਿ ਇਹਨਾਂ ਨੂੰ ਨਹੀਂ ਲੱਗਦਾ ਕਿ ਵੀ ਸਾਨੂੰ ਤਾਂ ਦੱਸਿਆ ਨਹੀਂ, ਮੈਨੂੰ ਤਾਂ ਐਂ ਕਹੇਗਾ ਭਾਜੀ 7-8 ਵਜੇ ਵਿਹਲੇ ਹੋ ਜਾਣਗੇ, ਹੈ ਨਾ, ਹੁਣ ਹਾਲੇ ਹੋਰ ਕਿਤੇ ਜਾਣਾ ਉੱਥੇ ਜਾਣਾ, ਮੈਨੂੰ ਐਂ ਲੱਗਦਾ ਵੀ ਮੋਟਾ ਮੋਟਾ 12-1 ਵਜਣੇ ਨੇ ਅੱਜ,
ਸੋ ਸਵੇਰੇ ਅਰਲੀ ਦਾ ਫੇਰ ਸਕੈਜੂਲ ਬਣਾਇਆ। ਸੋ ਇਟਸ ਨੋਟ ਈਜ਼ੀ, ਇਹ ਨਹੀਂ ਹੈ ਕਿ ਮੈਂ 4 ਘੰਟੇ ਸੌਣਾ ਪਸੰਦ ਕਰਦਾ, ਕੰਮ ਹੀ ਇਹ ਹੁੰਦਾ ਵਾ ਤਾਂ ਉਹ ਫਸ ਜਾਂਦਾ, ਮਤਲਬ ਐਫਰਟ ਤਾਂ ਮਾਰਨੀ ਪੈਂਦੀ ਹੈ। ਤੁਸੀਂ ਹੁਣ ਮੇਰੇ ਸਹੀ ਜਵਾਬ ਨੂੰ ਫਿਰ ਗਲਤ ਕਰ ਦਿੱਤਾ। ਨਹੀਂ ਮੈਂ ਤੁਹਾਡੇ ਸੇਮ ਜਸਟੀਫਾਈ, ਅਸੀਂ ਸੇਮ ਹਾਂ, ਸੇਮ। ਓਕੇ, ਸੋ ਅਖੀਰ ਦੇ ਵਿੱਚ ਇੱਕ ਲਾਸਟ ਹੈ ਨਾ ਫਿਲਮ, ਫਿਰ ਤਾਂ ਉਹਨਾਂ ਨੇ ਕਾਪੀ ਪੇਸਟ ਕਹਿਣਾ, ਉਨੀ ਦੇਰ ਨੂੰ ਮੈਨੂੰ ਉੱਥੇ ਇਸ਼ਾਰਾ ਹੋ ਜਾਣਾ ਹੈ ਕਿ ਬਸ ਜਲਦੀ। ਇੰਟਰਵਿਊ 'ਚ ਉਹਨਾਂ ਨੇ ਕਿਹਾ ਤੁਹਾਨੂੰ ਕਿਵੇਂ ਲੱਗਿਆ ਕੰਮ ਕਰਨਾ, ਕਹਿੰਦੀ ਵੈਰੀ ਗੁੱਡ, ਕਹਿੰਦੇ ਤੁਹਾਡਾ ਐਕਸਪੀਰੀਅੰਸ ਕਿਵੇਂ ਸੀ, ਕਹਿੰਦੇ ਬਹੁਤ ਵਧੀਆ ਸੀ। ਕਹਿੰਦੀ ਪ੍ਰੋਮੋਸ਼ਨਾਂ ਸਟਾਰਟ ਹੋ ਗਈਆਂ। ਮੈਂ ਕਿਹਾ ਕਦੋਂ ਸਟਾਰਟ ਹੋਈਆਂ, ਕਹਿੰਦੀ ਕੱਲ੍ਹ। ਮੈਂ ਕਿਹਾ ਉਹ ਅੱਛਾ, ਮੈਂ ਕੱਲ੍ਹ ਤੁਸੀਂ ਗਏ ਸੀਗੇ, ਕਹਿੰਦੀ ਹਾਂ। ਮੈਂ ਕਿਹਾ ਕਿੱਦਾਂ ਰਿਹਾ, ਕਹਿੰਦੀ ਇੰਟਰਵਿਊਆਂ ਬਹੁਤ ਔਖੀਆਂ ਨੇ, ਜਿਵੇਂ ਜਵਾਕ ਪੇਪਰ ਤੋਂ ਨਹੀਂ ਡਰਦਾ ਹੁੰਦਾ। ਆਦਤ ਪੈ ਜੂਗੀ ਹੌਲੀ ਹੌਲੀ ਇਹਨਾਂ ਨੂੰ ਵੀ, ਹੈ ਨਾ। ਅਖੀਰ ਦੇ ਵਿੱਚ ਫਿਲਮ ਅਸੀਂ ਵੇਖਾਂਗੇ, ਇੱਧਰ ਸੁਣ ਲਓ, ਹੈਲੋ ਮੇਰਾ ਸਵਾਲ ਸੁਣ ਲਓ, ਠੀਕ ਆ, ਕਿਉਂਕਿ ਤੁਹਾਡੇ ਕੋਲ ਜਵਾਬ ਲੈਣਾ ਹੁਣ ਮੈਂ ਇਸ ਗੱਲ ਦਾ। ਓਕੇ, ਹਾਂ, ਤੇ ਸਵਾਲ ਹੀ ਤੁਹਾਨੂੰ ਪੁੱਛਣਾ ਮੈਂ ਪਹਿਲੇ, ਰੂਪੀ ਨੂੰ ਸਵਾਲ ਹੋਏਗਾ। ਸਵਾਲ ਇਹ ਹੈ ਕਿ ਇਹ ਫਿਲਮ ਤਾਂ ਅਸੀਂ ਚਲੋ ਵੇਖਾਂਗੇ, ਠੀਕ ਹੈ, ਉਹ ਸਟੋਰੀ ਤਾਂ ਅਸੀਂ ਵੇਖਾਂਗੇ, ਪਰ ਬਚਪਨ ਤੋਂ ਹੀ ਸਾਡਾ ਕੁਛ ਨਾ ਕੁਛ ਹੁੰਦਾ, ਜਿੱਦਾਂ ਪਿੰਡ ਦੇ ਵਿੱਚ ਲਾਈਟ ਜਾਣ ਤੋਂ ਬਾਅਦ ਭੂਤਾਂ ਵਾਲੀ ਕਹਾਣੀਆਂ ਸੁਣਾਉਣੀਆਂ, ਜਾਂ ਸੁਣਨੀਆਂ, ਜਾਂ ਡਰਾਉਣਾ, ਕੋਈ ਪ੍ਰੈਂਕ ਕਰਨਾ। ਸੋ ਇਹੋ ਜਿਹਾ ਕੁਛ ਖੁਦ ਦੀ ਲਾਈਫ ਦੇ ਵਿੱਚ ਰਿਹਾ, ਸੁਣਿਆ, ਦੇਖਿਆ ਜੀ? ਨਾ, ਕੋਈ ਸ਼ਰਾਰਤ? ਹਾਂ, ਨਾ ਤੋਂ ਇਲਾਵਾ ਕੁਛ ਨਹੀਂ ਨਾ ਬੋਲਣਾ, ਡਾਇਲੋਗ ਬੋਲ ਰਹੇ ਸੀ ਤੁਸੀਂ? ਨਹੀਂ ਨਹੀਂ, ਮੈਂ ਦੱਸਦੀ ਹਾਂ ਤੁਹਾਨੂੰ। ਸ਼ੁਕਰ ਸ਼ੁਕਰ ਵਾਹਿਗੁਰੂ। ਆਹ ਦੇਖੋ, ਮੈਨੂੰ ਲੱਗਦਾ ਗੱਲ ਬਣਾਉਣੀ ਪੈਣੀ ਮੈਨੂੰ ਹੁਣ, ਕੋਈ ਉਹੀ ਸਹੀ, ਉਹੀ ਬਣਾ ਲਓ, ਪਰ ਕੁਛ ਤਾਂ ਬੋਲੋ। ਛੋਟੇ ਹੁੰਦੇ ਹਾਂਜੀ, ਮੈਂ ਡਰਾਵੜੀਆਂ ਮੂਵੀ ਇੱਕ ਦੇਖੀ ਸੀ, ਉਹਦੇ ਬਾਅਦ ਮੈਂ ਮੁੜ ਕੇ ਦੇਖੀ ਨੀ ਜੀ, ਮੈਨੂੰ ਡਰ ਬਹੁਤ ਛੇਤੀ ਲੱਗਦਾ ਆ। ਬਸ ਜੀ, ਓਕੇ, 15 ਮਾਰਚ ਨੂੰ ਸਾਡੀ ਫਿਲਮ ਆ ਰਹੀ ਹੈ ਜੀ, ਜੱਟ ਨੂੰ ਚੜੇਲ ਟਕਰੀ ਜ਼ਰੂਰ ਵੇਖਣ ਜਾਈਓ। ਇਹ ਗੱਲ ਬੋਲੀ ਨਾ ਮੈਂ। ਹਾਂ, ਅੱਛਾ, ਛੋਟੀ ਹੁੰਦੀ ਨੂੰ ਮੈਨੂੰ ਬਹੁਤ ਡਰ ਲੱਗਦਾ ਹੁੰਦਾ ਸੀਗਾ ਕੌਮਾਂ ਤੇ, ਹੁਣ 15 ਮਾਰਚ ਨੂੰ ਸਾਡੀ ਫਿਲਮ ਆ ਰਹੀ ਹੈ ਡੰਡੀ। ਤੁਹਾਡੀ ਧੰਨਵਾਦ ਕਰ ਰੂਪੀ। ਤੁਹਾਡੇ ਨਾਲ ਕੁਝ ਕਰਦੇ ਸੀ ਇਦਾਂ ਦੀਆਂ ਸ਼ਰਾਰਤਾਂ ਪਿੰਡਾਂ ਪੁੰਡਾਂ ਦਾ ਸੀਗਾ ਕੋਈ ਇਹੋ ਜਿਹਾ? ਆ ਪਿੰਡਾਂ ਦਾ ਦੇਖੋ ਬਹੁਤ ਸੀ, ਬਟ ਮੈਂ ਸ਼ੁਰੂ ਤੋਂ ਥੋੜਾ ਜਿਹਾ, ਮੇਰੇ ਫਾਦਰ ਸਾਹਿਬ ਨਹੀਂ, ਮੈਨੂੰ ਫਾਦਰ ਸਾਹਿਬ ਨੇ ਬਹੁਤ ਕਿਹਾ ਸੀਗਾ ਕਿ ਇੱਦਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਇਹ ਆ ਵੋ ਆ, ਕਿ ਬਸ ਇਨਸਾਨ ਹੀ ਹੈ ਇੱਕ ਖਤਰਨਾਕ ਚੀਜ਼, ਖਤਰਨਾਕ ਪ੍ਰਾਣੀ, ਬਾਕੀ ਚੀਜ਼ਾਂ ਨਹੀਂ ਹੈਗੀਆਂ। ਉਹ ਮੇਰੇ ਮਾਇੰਡ 'ਚ ਬਹੁਤ ਪਾਇਆ ਸੀਗਾ, ਅਤੇ ਉਸ ਕਰਕੇ ਮੈਂ ਥੋੜ੍ਹਾ ਜਿਹਾ ਸ਼ੁਰੂ ਤੋਂ ਠੀਕ ਹਾਂ ਇਸ ਚੀਜ਼ ਨੂੰ। ਨਹੀਂ ਲੱਗਦਾ ਮਤਲਬ ਇੰਨਾ ਡਰ? ਨਹੀਂ ਨਹੀਂ, ਭੂਤਾਂ ਭਾਤਾਂ ਵਾਲੀ ਚੀਜ਼ ਤਾਂ ਨਹੀਂ, ਉੱਦਾਂ ਜੇ ਕੋਈ ਐਂ ਆ ਕੇ ਕਰਦੇ ਤਾਂ ਇੱਕਦਮ ਬੰਦਾ ਸੜਨ ਖੜਾ ਤਾਂ ਡਰ ਸਕਦਾ। ਹਾਂ, ਰਾਈਟ। ਐਂਡ ਤੁਹਾਡੇ? ਮੈਂ ਤਾਂ ਬਹੁਤ ਡਰ ਲੱਗਦਾ। ਇਹਨਾਂ ਨੇ ਸਾਨੂੰ ਕਹਿ ਤਾ ਸੀ ਕਿ ਸਾਡੇ ਹੋਟਲ 'ਚ ਕੋਈ ਭੂਤ ਆ, ਜੋ ਵੀ ਉਹ ਬਹੁਤ ਲੰਬੀ ਗੱਲ ਹੈ ਹੁਣ, ਬਟ ਇਹਨਾਂ ਦੇ ਕੋਈ ਦੋਸਤ ਆ ਕੇ ਡਰ ਗਏ, ਜਿਹਨਾਂ ਦੀ ਛਾਤੀ 'ਤੇ ਜਾ ਕੇ ਕੋਈ ਬਹਿ ਗਿਆ, ਤਾਂ ਉਹ ਹੋਟਲ ਦੇ ਕਮਰੇ ਤੋਂ ਬਾਹਰ ਬੈਠੇ ਰਹੇ ਪੂਰੀ ਰਾਤ। ਇਹਨਾਂ ਨੇ ਅਗਲੇ ਦਿਨ ਸਾਨੂੰ ਦੱਸਿਆ, ਅਸੀਂ ਬਾਕੀ ਦੀ ਪੂਰੀ ਫਿਲਮ ਇਕੱਠੇ ਸੁੱਤੇ ਹਾਂ, ਮੈਂ ਵੀ ਆ ਵੀ ਸਾਂਝ ਵੀ ਜਿੰਨੀ ਉਹ ਐਕਚੁਲੀ ਗੱਲ ਇਹ ਡਰੀ ਡਰੀ ਕੱਖ ਨਹੀਂ ਹੈਗੀ, ਉੱਥੇ ਭੂਤ ਦਾ ਰੌਲਾ ਪੈ ਗਿਆ ਵੀ ਭੂਤ ਹੈ ਭੂਤ ਹੈ ਭੂਤ ਹੈ। ਇਹਨੇ ਜਿਹੜੀ ਬਣਾਈ ਸਕੀਮ ਹੈ, ਕਹਿੰਦੀ ਲੱਗੀ ਇਵੇਂ ਬਣ ਗਈ, ਇਹਨੇ 7-8 ਬੰਦਿਆਂ ਨੂੰ ਕਮਰਿਆਂ 'ਚੋਂ ਚੈੱਕਆਊਟ ਕਰਾਇਆ, ਇੱਕ ਕਮਰੇ 'ਚ ਪਾਉਣ ਲੱਗ ਗਈ, 8-9 ਕਮਰੇ ਬਚਣ ਲੱਗ ਗਏ, ਇਹਦੇ ਇੱਕ ਕਮਰੇ 'ਚ ਪੈ ਜਾਂਦੀਆਂ ਸੀ, ਐਂ ਭੁੰਜੇ ਭੰਜੇ ਇਕੱਠੀਆਂ ਹੋ ਗਏ ਸਾਰੀਆਂ, 2 ਗੱਦੇ ਇੱਥੇ ਲਾ ਲਏ, 2 ਇੱਥੇ ਲੈ ਗਏ, 2 ਉੱਥੇ ਪੈ ਗਈਆਂ, 3 ਉੱਥੇ ਪੈ ਗਈਆਂ। ਇਹਨੂੰ ਉਹ ਭੂਤ ਘੱਟੋ ਘੱਟ 8-10 ਲੱਖ ਰੁਪਏ ਦਾ ਫਰਾਫਟ ਕਰਾਇਆ ਗਿਆ। ਹਾਂ, ਇਹਨਾਂ ਨੇ ਤਾਂ ਬਾਅਦ ਜੋ ਕੀਤੀਆਂ ਪਾਰਟੀਆਂ, ਕਹਿੰਦੇ ਇਹੋ ਜਿਹੇ ਭੂਤ ਸਾਨੂੰ ਵਾਰ ਵਾਰ ਟੱਕਣ, ਹੈ ਨਾ। ਹਾਂ, ਇਹਨੇ ਸਾਨੂੰ ਵੀ ਕਿਹਾ, ਮੈਨੂੰ 2-3 ਵਾਰੀ ਕਿਹਾ, ਕਹਿੰਦੀ ਗਿੱਪੀ ਜੀ ਦੇਖੋ ਪਲੀਜ਼, ਮੇਰਾ ਕੰਸਰਨ ਆ, ਮੈਂ ਇਹ ਕਹਿ ਰਹੀ ਹਾਂ ਇੱਦਾਂ ਬਿਲਕੁਲ ਠੀਕ ਨਹੀਂ ਲੱਗਦਾ, ਤੁਹਾਡੀ ਸਾਰੀ ਟੀਮ ਇੱਥੇ ਆ, ਤੁਸੀਂ ਪਲੀਜ਼, ਤੁਹਾਡਾ ਐਡਾ ਵੱਡਾ ਰੂਮ ਆ, ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਨਾਲ ਰੱਖੋ।
ਮੈਂ ਨਹੀਂ ਕਿਧਰੇ ਨਹੀਂ ਭੂਤ ਆਉਂਦੀ ਹੈਗੀ। ਅਸੀਂ ਤਾਂ ਬੈਂਕੁਇਟ ਵਾਲੇ ਉਹ ਮੈਰਿਜ ਪੈਲੇਸ 'ਚ ਸ਼ੂਟ ਕਰ ਰਹੇ ਸੀ, ਮੈਂ ਤਾਂ ਐਕਚੁਅਲੀ ਆਪਦੀ ਟੀਮ ਨੂੰ ਕਿਹਾ ਕਿ ਥੱਲੇ ਜਿਹੜਾ ਹਾਲ ਹੈ ਉੱਥੇ ਬਿਠਾ ਬਚਾ ਦਿਓ ਸਾਰੇ ਤੇ ਗੱਦੇ। ਗੱਲ ਹੀ ਖਤਮ, ਹੋਟਲਾਂ ਵਾਲਾ ਹਾਂ ਅੱਜ ਜੱਬ ਵੀ ਮਕਾ ਦਿਓ ਸਾਰਾ। ਚਲੋ ਫਿਲਹਾਲ ਤਾਂ ਮੈਨੂੰ ਲੱਗਦਾ ਹਜੇ ਸ਼ੁਰੂ ਹੋਇਆ ਜਬ, ਕਿਉਂਕਿ ਜਬ ਇਨ ਦਾ ਸੈਂਸ ਕਿ ਐਕਸਾਈਟਮੈਂਟ ਐਂਡ ਉਡੀਕ ਫਿਲਮ ਦੀ। ਸੋ 15 ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਐਂਡ ਤੁਸੀਂ ਸਾਰਿਆਂ ਨੇ ਹੋਮ ਹੋਮ ਆ ਕੇ ਵੇਖਣ ਜਾਣਾ ਸਿਨੇਮਾ ਘਰਾਂ ਦੇ ਵਿੱਚ।